पर डोरे मान लो जिन्नियां भी सियासी पार्टियां ने 60 महीने पुछदे नहीं ते जदों अखीरला महीना आ जांदा है 60वां महीना ते उदों फिर इन्हां दे उत्ते डोरे पाउणे शुरू कर लैंदे है डेरियां दे उत्ते। सत्ता दा जिहड़ा प्रभाव है ਉਹ ਵੀ ਕਾਫੀ ਮਤਲਬ ਮਾਲਵਾ ਰੀਜਨ ਦੇ ਵਿੱਚ ਤਾਂ ਖਾਸ ਤੌਰ 'ਤੇ ਮੰਨਿਆ ਜਾਂਦਾ। ਠੀਕ ਹੈ ਜੀ। ਅਤੇ ਸਾਡੇ ਬਠਿੰਡਾ ਤੋਂ ਮਤਲਬ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਅੱਜ ਇੱਕ ਖਬਰ ਨਸ਼ਰ ਕੀਤੀ ਹੈ, ਡੇਰਾ ਸਰਸਾ ਨੇ ਰਾਜਸੀ ਧਿਰਾਂ ਨੂੰ ਇਉਂ ਪਾਇਆ ਸਿਆਸੀ ਚੋਗਾ। ਜਦੋਂ ਕਿਉਂ ਇਹ ਜਿਹੜਾ ਰੌਲਾ ਰੱਪਾ ਸਮਰਥਨ ਦੇਣ ਦਾ, ਕਿਹਨੂੰ ਦੇਣ ਦਾ, ਕਿਵੇਂ ਦੇਣ ਦਾ, ਉਹ ਹਰ ਇਲੈਕਸ਼ਨ ਦੇ ਵੇਲੇ ਪੈਂਦਾ। ਠੀਕ ਹੈ। ਪਰ ਡੇਰੇ ਵੱਲੋਂ ਜਿਹੜੇ ਡੇਰੇ ਦੇ ਗੱਦੀ ਨਿਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਢੇਂਸਾ, ਉਹਨਾਂ ਵੱਲੋਂ ਮਤਲਬ ਲਗਾਤਾਰ ਇਹ ਗੱਲ ਦਾ ਖੰਡਨ ਕੀਤਾ ਜਾਂਦਾ ਰਿਹਾ ਵੀ ਜਿਹੜਾ ਡੇਰਾ ਹੈ ਉਹ ਕਿਸੇ ਕਿਸਮ ਦਾ ਕੋਈ ਫਰਮਾਨ ਜਾਰੀ ਨਹੀਂ ਕਰਦਾ। ਇਹ ਜਿਹੜਾ ਫੈਸਲਾ ਹੈ ਇਹ ਰਾਜਸੀ ਵਿੰਗ ਲੈਂਦਾ, ਉਹਨਾਂ ਦਾ ਇੱਕ ਵੱਖਰਾ ਰਾਜਸੀ ਵਿੰਗ ਹੈ ਜਿਹੜਾ ਸਾਧ ਸੰਗਤ ਨੇ ਬਣਾਇਆ ਹੋਇਆ ਵੀ ਉਹ ਫੈਸਲਾ ਲੈ। ਮੈਨੂੰ ਐਂ ਲੱਗਦਾ ਵੀ ਇਸ ਤਰ੍ਹਾਂ ਜਿਹੜਾ ਕਰਨਾ ਉਹ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਜੁੜੀਆਂ ਹੋਈਆਂ ਭਾਵਨਾਵਾਂ ਹੈ ਉਹਨਾਂ ਦਾ ਇੱਕ ਤਰ੍ਹਾਂ ਦਾ ਸ਼ੋਸ਼ਣ ਹੈ। ਠੀਕ ਹੈ ਜੀ। ਕੋਈ ਵੀ ਫੈਸਲਾ ਲੈਂਦਾ ਹੁਣ ਲੋਕਾਂ ਨੂੰ ਫਿਰ ਇਹ ਤਾਂ ਉਹ ਇੰਨਾ ਵੀ ਹੱਕ ਨਾ ਰਿਹਾ। ਠੀਕ ਹੈ ਜੀ। ਜੇ ਤਾਂ ਦੇਖੋ ਫਿਰ ਵੋਟਿੰਗ ਦੀ ਤਾਂ ਰਾਜਨੀਤਿਕ ਪਾਰਟੀਆਂ ਦੀ ਕੋਈ ਲੋੜ ਹੀ ਨਾ ਰਹੇਗੀ। ਹਾਂਜੀ ਹਾਂਜੀ। ਵੀ ਫਿਰ ਤਾਂ ਇਹ ਠੀਕ ਹੈ ਵੀ ਜਿੰਨੇ ਧਾਰਮਿਕ ਸਥਾਨ ਨੇ ਉਹ ਜਾਰੀ ਕਰਦਿਆ ਕਰਨਗੇ ਆਪੋ ਆਪਣਾ ਫਤਵਾ, ਤਾਂ ਮੈਨੂੰ ਲੱਗਦਾ ਫਿਰ ਵੋਟਿੰਗ ਦੀ ਪ੍ਰਕਿਰਿਆ ਦੀ ਕੀ ਲੋੜ ਹੈ, ਉਹ ਉਹਨਾਂ ਤੋਂ ਜਾ ਕੇ ਪੁੱਛ ਲਿਆ ਕਰਨਗੇ ਕਿਹਦੀ ਸਰਕਾਰ ਬਣਾਉਣੀ ਹੈ, ਉਹ ਆਪੋ ਆਪਣੇ ਫਾਲੋਅਰ ਜਿਵੇਂ ਇੱਕ ਜਿਵੇਂ ਠੇਕੇਦਾਰ ਹੁੰਦਾ। ਠੀਕ ਹੈ ਜੀ। ਵੀ ਫਿਰ ਤਾਂ ਉਹਦੇ ਤਰ੍ਹਾਂ ਕਹਿ ਦਿਆ ਕਰਨੇ ਯਾਰ ਹੋ ਜਾਈਏ ਤਾਂ ਐਤਕੀ ਤਾਂ ਫਲਾਨਿਆਂ ਦਾ ਕਰਤਾ, ਜਿਵੇਂ ਇੱਕ ਉਹ ਨਹੀਂ ਜਾਰੀ ਕਰਦੇ ਜਿਵੇਂ ਵਿਧਾਨ ਸਭਾ ਜਾਂ ਲੋਕ ਸਭਾ ਦੇ ਇੱਕ ਵਿਪ ਜਾਰੀ ਕਰ ਦਿੰਦੇ। ਹਾਂਜੀ ਹਾਂਜੀ। ਵੀ ਫਿਰ ਤਾਂ ਉਹ ਵਿਪ ਜਾਰੀ ਕਰਦੇ ਆ, ਕਰਨ ਮੇਲਾ ਵੋਟਿੰਗ ਦੀ ਤਾਂ ਲੋੜ ਹੀ ਨਹੀਂ ਰਹੀ ਆਮ ਆਦਮੀ ਪਾਰਟੀ ਨੇ। ਜੇ ਕਹਿ ਲਿਆ ਜਾਵੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਅਵੇਅਰ ਵੀ ਕੀਤਾ। ਠੀਕ ਹੈ ਜੀ। ਅਤੇ ਜਿਹੜੇ ਵਿਰੋਧੀ ਰਵਾਇਤੀ ਵਿਰੋਧੀ ਪਾਰਟੀਆਂ ਸੀ, ਠੀਕ ਹੈ, ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਹੈ ਜਿਹੜੀ ਉਹ ਖਿਸਕਾਈ ਵੀ ਹੈ, ਜਿਹਦੇ 'ਚੋਂ ਬੁਖਲਾਹਟ ਉਹਨਾਂ ਦੀ ਗੱਲ ਗੱਲ ਦੇ ਵਿੱਚੋਂ ਝਲਕਦੀ ਹੈ। ਜਿਹੜਾ ਲੋਕਾਂ ਦਾ ਇੱਕੋ ਹੀ ਸਵਾਲ ਹੈ ਵੀ ਯਾਰ ਇੱਕ ਵਾਰੀ ਬਦਲਾਓ ਦੇਖਣਾ, ਵੀ ਬਦਲਾਓ ਕਰਨਾ, ਹੁਣ ਬਦਲਾਓ ਕਾਹਦਾ ਕਰਨਾ ਚਾਹੁੰਦੇ ਨੇ, ਇਹ ਮੈਨੂੰ ਲੱਗਦਾ 10 ਤਰੀਕ ਨੂੰ ਨਤੀਜੇ ਨੇ ਦੱਸਣਾ ਵੀ ਕਿਸ ਚੀਜ਼ ਦਾ ਬਦਲਾਓ ਚਾਹੁੰਦੇ। ਉਹ ਬਕਾਇਦਾ ਖਬਰ ਹੈ, ਝੋਲਾ ਛਾਪ ਡਾਕਟਰ ਸਬਜ਼ੀਆਂ ਵੇਚਣ ਦੀ ਕਰਨ ਤਿਆਰੀ। ਠੀਕ ਹੈ ਜੀ। ਪੰਜਾਬ ਵਿੱਚ ਆ ਰਿਹਾ ਦਿੱਲੀ ਮਾਡਲ ਕੇਜਰੀਵਾਲ ਕਾਨਫਰੰਸ, ਜੇ ਹੋਈ ਹੁੰਦੀ 10 ਤਰੀਕ ਦੀ ਤਾਂ ਉਹ 11 ਤਰੀਕ ਦੀਆਂ ਜਿਹੜੇ ਅਖਬਾਰ ਨੇ, ਚੈਨਲ ਨੇ, ਹੋਰ ਸੋਸ਼ਲ ਮੀਡੀਆ ਉਹਦੇ 'ਤੇ ਆ ਜਾਣੀ ਸੀ। ਅੱਜ ਤਰੀਕ ਹੋ ਗਈ 19, ਇਹ ਚੋਣਾਂ ਤੋਂ ਐਨ ਇੱਕ ਦਿਨ ਪਹਿਲਾਂ ਮਤਲਬ ਇਸ ਤਰ੍ਹਾਂ ਦੀ ਜਿਹੜੀ ਖਬਰ ਆਈ ਹੈ ਇਹਦੀ ਕੋਈ ਪ੍ਰਮਾਣਿਕਤਾ ਖਬਰ ਦੀ। ਜਦੋਂ ਮੈਂ ਇਸ ਸੰਬੰਧੀ ਮੀਤ ਹੇਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਕਿਹਾ ਵੀ ਨਾ ਤਾਂ ਇਸ ਸੰਬੰਧੀ ਇਹੋ ਜਿਹਾ ਕੋਈ ਬਿਆਨ ਹੈ ਜਿਹੜਾ ਵੀ ਉਹ ਕੀਤਾ ਗਿਆ, ਨਾ ਹੀ 10 ਤਰੀਕ ਨੂੰ ਕੋਈ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਹੋਈ ਹੈ। ਕਾਂਗਰਸ ਨੇ ਮੈਨੀਫੈਸਟੋ ਜਾਰੀ ਕਰਤਾ, ਕਹਿੰਦੇ 8 ਸਿਲੰਡਰ ਦੇਵਾਂਗੇ। ਇਹ ਲੰਮੇ ਸਮੇਂ ਤੋਂ ਗੱਲ ਚੱਲਦੀ ਹੈ ਵੀ ਜਿਹੜਾ ਡਾਕੂਮੈਂਟ ਜਾਰੀ ਕੀਤਾ ਜਾਂਦਾ ਚੋਣ ਮੈਨੀਫੈਸਟੋ, ਇਹਦੀ ਕੋਈ ਕਾਨੂੰਨੀ ਮਾਨਤਾ ਹੋਵੇ। ਹਾਂਜੀ ਹਾਂਜੀ। ਅਤੇ ਜਾਂ ਇਹ ਹੈ ਵੀ ਜਿਹੜਾ ਪੂਰਾ ਨਹੀਂ ਕਰਦਾ ਉਹ 'ਤੇ ਕੋਈ ਕਾਰਵਾਈ ਹੋਵੇ। ਹਾਂਜੀ। ਹੁਣ ਤਾਂ ਜੇ 8 ਦੀ ਵੀ ਹੈ ਜੋ ਕਹਿਣਾ ਹੀ ਸੀ, ਕਹਿੰਦੇ ਹੁੰਦੇ ਗੱਲਾਂ ਦੇ ਗੁਲਗੁਲੇ ਨੇ, ਅਤੇ ਫਿਰ 18 ਵੀ ਕਹਿ ਸਕਦੇ ਸੀ। ਠੀਕ ਹੈ ਠੀਕ। ਵੀ ਅਸੀਂ ਤਾਂ ਮਤਲਬ 18 ਦੇਵਾਂਗੇ। ਮੈਂ ਅਮੰਗਤ ਜਿੰਦਲ, ਟੂਡੇ ਨਿਊਜ਼ ਦੇ ਖਾਸ ਪ੍ਰੋਗਰਾਮ ਖਰੀਆਂ ਖਰੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ। ਰੋਜ਼ਾਨਾ ਵਾਂਗ ਅੱਜ ਵੀ ਜੁੜੇ ਨੇ ਹਰਿੰਦਰ ਨਿੱਕਾ ਜੀ, ਸੀਨੀਅਰ ਪੱਤਰਕਾਰ। ਨਿੱਕਾ ਜੀ ਸਵਾਗਤ। ਬਹੁਤ ਬਹੁਤ ਧੰਨਵਾਦ। ਰਵਾਇਤੀ ਪਾਰਟੀਆਂ ਦੇ ਝੰਬੇ ਹੋਏ ਲੋਕਾਂ ਲਈ ਆਖਰ ਉਹ ਘੜੀ ਕੱਲ੍ਹ ਆ ਹੀ ਜਾਵੇਗੀ ਜਦੋਂ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਲਈ, ਪੰਜਾਬ ਵਿਧਾਨ ਸਭਾ ਦੇ 117 ਹਲਕਿਆਂ ਦੇ ਲਈ ਪੰਜਾਬ ਦੇ ਵਿੱਚ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਵੇਗੀ। ਨਿੱਕਾ ਜੀ, ਕਿਸ ਤਰ੍ਹਾਂ ਦਾ ਰੁਝਾਨ ਦੇਖ ਰਹੇ ਹੋ ਪੰਜਾਬ ਦੇ ਵਿੱਚ? ਦੇਖੋ, ਪੰਜਾਬ ਦੇ ਵਿੱਚ ਜਿਹੜਾ ਰੁਝਾਨ ਹੈ ਉਹ ਬਦਲਾਓ ਦੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ, ਬਦਲਾਓ ਦੀ ਲਹਿਰ ਤਾਂ ਚੱਲ ਰਹੀ ਹੈ। ਠੀਕ ਹੈ। ਜਿਹੜੀ ਹੁਣ ਜਿਹੜਾ ਅਛੂਤਾ ਹੈ ਉਹ ਬਰਨਾਲਾ ਵੀ ਉਹਦੇ ਤੋਂ ਹੈ ਨਹੀਂ। ਠੀਕ ਹੈ ਜੀ। ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਭਾਵੇਂ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਹਲਕੇ ਤੋਂ ਚੋਣ ਲੜ ਰਹੇ ਨੇ। ਠੀਕ ਹੈ ਜੀ। ਅਤੇ ਚਾਹੇ ਬਰਨਾਲਾ ਹਲਕੇ ਤੋਂ ਵਿਧਾਨ ਸਭਾ ਤੋਂ ਮਨੀਸ਼ ਬੰਸਲ ਜੀ ਚੋਣ ਲੜ ਰਹੇ ਨੇ, ਕੇਂਦਰੀ ਸਾਬਕਾ ਕੇਂਦਰੀ ਰੇਲਵੇ ਮੰਤਰੀ ਪਵਨ ਬੰਸਲ ਜੀ ਦੇ ਬੇਟੇ। ਠੀਕ ਹੈ ਜੀ। ਜਿਹੜੇ ਬਾਵਜੂਦ ਇਹ ਸਾਰੀਆਂ ਗੱਲਾਂ ਦੇ ਪਰ ਉਰੇ ਜਿਹੜਾ ਬਦਲਾਓ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ। ਹਾਂਜੀ ਹਾਂਜੀ। ਵੀ ਆਮ ਲੋਕ ਜਦੋਂ ਗੱਲ ਕਰਦੇ ਆ, ਜੇ ਉਹਨਾਂ ਨੂੰ ਪੁੱਛਦੇ ਆ, ਦੇਖੋ ਵੋਟ ਨਾ ਤਾਂ ਆਪਾਂ ਪੁੱਛ ਸਕਦੇ ਹਾਂ ਕਿਸੇ ਨੂੰ। ਹਾਂਜੀ ਹਾਂਜੀ। ਵੀ ਉਹਨੇ ਵੋਟ ਪਾਉਣੀ ਕਿਹਨੂੰ ਹੈ? ਠੀਕ ਹੈ। ਨਾ ਆਪਾਂ ਕਿਸੇ ਦੇ ਉੱਪਰ ਥੱਲੇ ਹੱਥ ਹੋਣ ਬਾਰੇ ਕੋਈ ਮਤਲਬ ਭਵਿੱਖਬਾਣੀ ਕਰ ਸਕਦਾ, ਪਰ ਜਿਹੜਾ ਲੋਕਾਂ ਦਾ ਇੱਕੋ ਹੀ ਸਵਾਲ ਹੈ ਵੀ ਯਾਰ ਇੱਕ ਵਾਰੀ ਬਦਲਾਓ ਦੇਖਣਾ, ਵੀ ਬਦਲਾਓ ਕਰਨਾ, ਹੁਣ ਬਦਲਾਓ ਕਾਹਦਾ ਕਰਨਾ ਚਾਹੁੰਦੇ ਨੇ, ਇਹ ਮੈਨੂੰ ਲੱਗਦਾ 10 ਤਰੀਕ ਨੂੰ ਨਤੀਜੇ ਨੇ ਦੱਸਣਾ ਵੀ ਕਿਸ ਚੀਜ਼ ਦਾ ਬਦਲਾਓ ਚਾਹੁੰਦੇ ਸੀ ਲੋਕ। ਠੀਕ ਹੈ ਜੀ। ਨਿੱਕਾ ਜੀ, ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੂੰ ਲੋਕ ਵਾਰ ਵਾਰ ਵੋਟ ਪਾ ਕੇ
ਕਦੇ ਮੰਨ ਲਓ ਇੱਕ ਪਾਰਟੀ ਨੂੰ ਕਦੇ ਦੂਜੀ ਪਾਰਟੀ ਨੂੰ, ਉਹ ਜਿਵੇਂ ਅੱਗੇ ਕਹਾਵਤ ਸੀ ਕਾਟੋ ਤੋਂ ਉੱਤਰ ਮੈਂ ਉੱਤਰ ਕਾਟੋ ਮੈਂ ਚਲਾ। ਹਾਂਜੀ ਹਾਂ, ਅਤੇ ਕੀ ਤੁਸੀਂ ਸਮਝਦੇ ਹੋ ਵੀ ਇਸ ਵਾਰ ਦੇ ਹੱਲੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਯਤਨ ਹੈ ਲੋਕਾਂ ਦਾ ਯਤਨ ਉਹ ਕਾਮਯਾਬ ਹੋਵੇਗਾ? ਦੇਖੋ ਇੱਕ ਗੱਲ ਤਾਂ ਲੋਕਾਂ 'ਚ ਜਿਹੜੀ ਅਵੇਅਰਨੈਸ ਹੈ ਹਾਂਜੀ ਉਹ ਕਾਫੀ ਜ਼ਿਆਦਾ ਵਧੀ ਹੈ। ਠੀਕ ਹੈ ਜੀ। ਪਹਿਲਾਂ ਇੱਕ ਲੋਕਾਂ ਕੋਲ ਸੂਚਨਾ ਦੇ ਆਦਾਨ ਪ੍ਰਦਾਨ ਦਾ ਜਿਹੜਾ ਮਤਲਬ ਸਾਧਨ ਸੀ ਉਹ ਵੀ ਬਹੁਤ ਸੀਮਿਤ ਸਾਧਨ ਸੀ। ਠੀਕ ਹੈ ਜੀ। ਇਕੱਲਾ ਪ੍ਰਿੰਟ ਮੀਡੀਆ ਮਤਲਬ ਸੀ, ਉਸ ਤੋਂ ਬਾਅਦ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਆ ਗਿਆ, ਹੁਣ ਜਿਹੜਾ ਸੋਸ਼ਲ ਮੀਡੀਆ ਆਇਆ ਉਹਨੇ ਤਾਂ ਇੱਕ ਕ੍ਰਾਂਤੀ ਲਿਆਤੀ ਸੂਚਨਾ ਦੇ ਆਦਾਨ ਪ੍ਰਦਾਨ ਦੇ ਵਿੱਚ। ਠੀਕ ਹੈ ਜੀ। ਜੋ ਕੁਝ ਵੀ ਵਾਪਰਦਾ ਜੇ ਕੋਈ ਉਹਨੂੰ ਛੁਪਾਉਣਾ ਵੀ ਚਾਹੁੰਦਾ ਛੁਪਦਾ ਨਹੀਂ ਹੈ। ਠੀਕ ਹੈ ਜੀ। ਅਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਲੋਕਾਂ ਦੀ ਅਵੇਅਰਨੈਸ ਹੈ, ਹਾਂਜੀ ਹਾਂਜੀ, ਕਿਉਂ ਜਦੋਂ ਲੋਕ ਚੇਤਨ ਲੋਕ ਹੁੰਦੇ ਨੇ ਉਹ ਫੈਸਲਾ ਫਿਰ ਸਾਰਾ ਕੁਛ ਜਾਣੀ ਜਮ੍ਹਾਂ ਘਟਾਓ ਕਰਕੇ ਪੂਰੇ ਮੰਥਣ ਤੋਂ ਬਾਅਦ ਫਿਰ ਉਹ ਲੋਕ ਫੈਸਲਾ ਲੈਂਦੇ ਆ, ਜਦੋਂ ਸਾਰੀਆਂ ਗੱਲਾਂ ਲੋਕਾਂ ਦੇ ਧਿਆਨ 'ਚ ਆ ਜਾਣ। ਠੀਕ ਹੈ ਜੀ। ਪਹਿਲਾਂ ਤਾਂ ਹੁਣ ਨਾਲ ਦੇ ਪਿੰਡ 'ਚ ਕੀ ਹੋਈ ਜਾਂਦਾ ਸੀ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ। ਬਿਲਕੁਲ। ਨਾਲ ਦੇ ਸ਼ਹਿਰ 'ਚ ਕੀ ਹੁੰਦਾ ਸੀ, ਜ਼ਿਲ੍ਹਾ ਤਾਂ ਬੜੀ ਵੱਡੀ ਦੂਰ ਦੀ ਗੱਲ ਹੈ। ਬਿਲਕੁਲ ਜੀ। ਸਟੇਟ ਤਾਂ ਬਹੁਤ ਵੱਡੀ ਦੂਰ ਦੀ ਗੱਲ ਹੈ। ਠੀਕ ਹੈ। ਵੀ ਕਿਸੇ ਦੂਜੀ ਸਟੇਟ 'ਚ ਕੀ ਹੋ ਰਿਹਾ। ਹੁਣ ਇੱਕ ਗੱਲ ਜ਼ਰੂਰ ਹੈ ਵੀ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਇੰਨਾ ਚੇਤਨ ਕਰਤਾ, ਲੋਕਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਵੀ ਗੁਜਰਾਤ 'ਚ ਕੀ ਹੁੰਦਾ, ਦਿੱਲੀ 'ਚ ਕੀ ਹੁੰਦਾ, ਬਿਹਾਰ 'ਚ ਕੀ ਹੁੰਦਾ, ਉੱਤਰ ਪ੍ਰਦੇਸ਼ 'ਚ ਕੀ ਹੁੰਦਾ, ਪੰਜਾਬ 'ਚ ਕੀ ਹੁੰਦਾ, ਜਿਹੜੀ ਇੱਕ ਦੂਜੇ ਦੇ ਤਰ੍ਹਾਂ ਨਾਲ ਜਿਹੜੀ ਦੇਸ਼ ਵਿਦੇਸ਼ ਤੱਕ ਦੀਆਂ ਜਿਹੜੀਆਂ ਸੂਚਨਾਵਾਂ ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਲੋਕਾਂ 'ਤੇ ਆਉਂਦੀਆਂ ਅਤੇ ਉਹਦੀ ਪ੍ਰਤੀਕਿਰਿਆ ਵੀ ਲੋਕਾਂ ਤੋਂ ਸੁਣਨ ਨੂੰ ਦੇਖੀ ਜਾਂਦੀ ਹੈ। ਠੀਕ ਹੈ ਜੀ। ਜਿਵੇਂ ਜਿਹੜਾ ਸੂਚਨਾ ਦਾ ਆਦਾਨ ਪ੍ਰਦਾਨ ਹੈ ਉਹਦੇ ਨਾਲ ਜਿਵੇਂ ਅੱਜ ਜਿਵੇਂ ਆਪਾਂ ਵਿਸ਼ੇ 'ਤੇ ਵੀ ਗੱਲ ਕਰਦੇ ਸੀ, ਹਾਂਜੀ, ਤਾਂ ਉਹਦੇ 'ਚ ਕੀ ਹੈ ਵੀ ਅਫਵਾਹਾਂ ਦਾ ਜਿਹੜਾ ਦੌਰ ਹੈ ਉਹ ਵੀ ਬੜਾ ਜ਼ਿਆਦਾ ਠੀਕ ਹੈ ਜੀ ਮਤਲਬ ਚੱਲਿਆ ਹੈ। ਠੀਕ ਹੈ ਜੀ। ਨਿੱਕਾ ਜੀ, ਜਿਸ ਤਰ੍ਹਾਂ ਆਪਣਾ ਕਹਿੰਦੇ ਹੁੰਦੇ ਵੀ ਕ੍ਰੈਡੀਬਿਲਟੀ, ਹਰ ਪੋਸਟ ਦੀ ਮੰਨ ਲਓ ਕੋਈ ਨਾ ਕੋਈ ਕ੍ਰੈਡੀਬਿਲਟੀ ਹੁੰਦੀ ਹੈ, ਮੰਨ ਲਓ ਪਾ ਤਾਂ ਕੋਈ ਕੁਛ ਵੀ ਸਕਦਾ, ਕਿਸੇ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ। ਇਸੇ ਤਰ੍ਹਾਂ ਦੀ ਇੱਕ ਜਿਵੇਂ ਪੋਸਟ ਚੱਲ ਰਹੀ ਹੈ ਝੋਲਾ ਛਾਪ ਡਾਕਟਰਾਂ ਬਾਰੇ ਕੇਜਰੀਵਾਲ ਹੋਰਾਂ ਦੇ ਹਵਾਲੇ ਦੇ ਨਾਲ। ਦੇਖੋ ਉਹ ਜਿਹੜੀ ਖਬਰ ਹੈ ਨਾ ਚੱਲ ਰਹੀ, ਮੈਂ ਵੀ ਮਤਲਬ ਉਹ ਖਬਰ ਪੜ੍ਹ ਰਿਹਾ ਸੀ, ਉਹ ਬਕਾਇਦਾ ਖਬਰ ਹੈ ਝੋਲਾ ਛਾਪ ਡਾਕਟਰ ਸਬਜ਼ੀਆਂ ਵੇਚਣ ਦੀ ਕਰਨ ਤਿਆਰੀ। ਠੀਕ ਹੈ ਜੀ। ਪੰਜਾਬ ਵਿੱਚ ਆ ਰਿਹਾ ਦਿੱਲੀ ਮਾਡਲ ਕੇਜਰੀਵਾਲ। ਠੀਕ ਹੈ ਜੀ। ਇਹ ਚੰਡੀਗੜ੍ਹ ਤੋਂ ਖਬਰ ਲੱਗੀ ਹੈ, ਹੁਣ ਇਹਦੇ 'ਚ ਇਹ ਨਹੀਂ ਦੱਸਿਆ ਗਿਆ ਵੀ ਅਖਬਾਰ ਕਿਹੜਾ। ਠੀਕ ਹੈ ਜੀ। ਫਿਰ 10 ਫਰਵਰੀ ਦੀ ਖਬਰ ਹੈ। ਹਾਂਜੀ। ਹੁਣ ਜੇ ਸਪੋਜ਼ ਕਰ ਲਓ ਇਹ ਗੱਲ ਕੋਈ ਪ੍ਰੈਸ ਕਾਨਫਰੰਸ, ਬਕਾਇਦਾ ਉੱਥੇ ਕੇਜਰੀਵਾਲ ਦੀ ਅਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਪ੍ਰੈਸ ਕਾਨਫਰੰਸ ਹੁੰਦੀ ਦਿਖਾਈ ਗਈ ਹੈ। ਠੀਕ ਹੈ ਜੀ। ਠੀਕ ਹੈ। ਹੁਣ ਜੇ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰੀ ਹੁੰਦੀ, ਹਾਂਜੀ, ਉਹ ਤਾਂ ਮੀਡੀਆ ਦੇ ਵਿੱਚ ਰਹਿਣ ਲਈ ਆਪ ਹੀ ਬੜੇ ਕਾਲੇ ਹੁੰਦੇ ਨੇ। ਹਾਂਜੀ ਹਾਂਜੀ। ਜੇ ਕੋਈ ਬਿਆਨ ਦੇਣਾ ਸੀ ਉਹ ਤਾਂ ਮੈਨੂੰ ਲੱਗਦਾ ਵੀ ਕੋਈ ਇਹੋ ਜਿਹੀ ਕਾਨਫਰੰਸ ਜੇ ਹੋਈ ਹੁੰਦੀ 10 ਤਰੀਕ ਦੀ, ਤਾਂ ਉਹ 11 ਤਰੀਕ ਦੀਆਂ ਜਿਹੜੇ ਅਖਬਾਰ ਨੇ, ਚੈਨਲ ਨੇ, ਹੋਰ ਸੋਸ਼ਲ ਮੀਡੀਆ ਉਹਦੇ 'ਤੇ ਆ ਜਾਣੀ ਸੀ। ਠੀਕ ਹੈ। ਹੁਣ ਅੱਜ ਤਰੀਕ ਹੋ ਗਈ 19, ਇਹ ਚੋਣਾਂ ਤੋਂ ਐਨ 1 ਦਿਨ ਪਹਿਲਾਂ, ਮਤਲਬ ਇਸ ਤਰ੍ਹਾਂ ਦੀ ਜਿਹੜੀ ਖਬਰ ਆਈ ਹੈ ਇਹਦੀ ਕੋਈ ਪ੍ਰਮਾਣਿਕਤਾ ਖਬਰ ਦੀ ਨਹੀਂ। ਮੈਂ ਇਸ ਸੰਬੰਧੀ ਜਿਹੜੇ ਆਪਣੇ ਬਰਨਾਲਾ ਹਲਕੇ ਦੇ ਵਿਧਾਇਕ ਵੀ ਨੇ, ਆਮ ਆਦਮੀ ਪਾਰਟੀ ਦੇ ਹੁਣ ਉਮੀਦਵਾਰ ਵੀ ਨੇ ਦੁਬਾਰਾ ਫੇਰ, ਅਤੇ ਇਸ ਤੋਂ ਬਿਨਾਂ ਉਹ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਵੀ ਨੇ। ਠੀਕ ਹੈ ਜੀ। ਮੈਂ ਬਕਾਇਦਾ ਇਹ ਖਬਰ ਦੀ ਪੁਸ਼ਟੀ ਕਰਨ ਲਈ, ਕਿਉਂ ਜਦੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਤਾਂ ਆਪਾਂ ਕੋਈ ਵੀ ਜਦੋਂ ਜ਼ਿਕਰ ਕਰਦੇ ਹਾਂ ਤਾਂ ਉਹ ਪੁਸ਼ਟੀ ਉਹਦੀ ਤੱਥਾਂ ਦੀ ਜ਼ਰੂਰ ਕਰਦੇ ਹਾਂ। ਬਿਲਕੁਲ ਬਿਲਕੁਲ। ਵੀ ਜ਼ਿੰਮੇਵਾਰ ਮੀਡੀਆ ਹੋਣ ਦੇ ਨਾਤੇ ਆਪਣਾ ਇਹ ਫਰਜ਼ ਬਣਦਾ, ਬਣਦਾ ਤਾਂ ਸਾਰਿਆਂ ਦਾ ਹੀ ਹੈ। ਬਿਲਕੁਲ। ਚਲੋ ਹਰ ਇੱਕ ਬੰਦੇ ਦਾ ਆਪੋ ਆਪਣਾ ਇੱਕ ਸਿਸਟਮ ਹੈ, ਕਿਸੇ ਨੂੰ ਕੀ ਠੀਕ ਲੱਗਦਾ ਕਿਸੇ ਨੂੰ ਕੀ, ਵੀ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਗੱਲ ਦੀ ਤਹਿ ਤੱਕ ਜਾਈਏ। ਠੀਕ ਹੈ ਜੀ। ਜਦੋਂ ਮੈਂ ਇਸ ਸੰਬੰਧੀ ਮੀਤ ਹੇਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਕਿਹਾ ਵੀ ਨਾ ਤਾਂ ਇਸ ਸੰਬੰਧੀ ਇਹੋ ਜਿਹਾ ਕੋਈ ਬਿਆਨ ਹੈ ਜਿਹੜਾ ਵੀ ਉਹ ਕੀਤਾ ਗਿਆ, ਨਾ ਹੀ 10 ਤਰੀਕ ਨੂੰ ਕੋਈ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਹੋਈ ਹੈ। ਠੀਕ ਹੈ ਜੀ। ਜਿਹੜੇ ਸਵਾਲ ਮੈਂ ਕੀਤੇ ਵੀ ਕੋਈ ਅਖਬਾਰ ਦਾ ਨਾਮ ਨਹੀਂ, ਉਹ ਕਹਿੰਦਾ ਜੀ ਤੁਸੀਂ ਖੁਦ ਦੱਸ ਸਕਦੇ ਹੋ ਵੀ ਕਿਹੜੇ ਅਖਬਾਰ ਦੇ ਵਿੱਚ ਖਬਰ ਛਪੀ ਹੈ। ਠੀਕ ਹੈ ਜੀ। ਜੇ ਇਸ ਤਰ੍ਹਾਂ ਦਾ ਕੋਈ ਪ੍ਰੈਸ ਕਾਨਫਰੰਸ ਕੀਤੀ ਹੁੰਦੀ ਅਰਵਿੰਦ ਕੇਜਰੀਵਾਲ ਨੇ ਜਾਂ ਭਗਵੰਤ ਮਾਨ ਨੇ, ਬਿਲਕੁਲ ਵੀ ਫਿਰ ਉਹਦਾ ਉੱਪਰਲੇ ਪਾਸੇ ਉਹਨਾਂ ਨੇ ਦੱਸਿਆ ਜਿਹੜਾ ਲਿਖਿਆ ਹੋਇਆ ਉੱਪਰਲੇ ਪਾਸੇ ਵੀ ਪੱਤਰਕਾਰ ਦਾ ਨਾਮ ਲਿਖਿਆ ਹੋਇਆ, ਬਿਲਕੁਲ ਥੱਲੇ ਵੀ ਲਿਖਿਆ ਹੋਇਆ। ਠੀਕ ਹੈ ਜੀ। ਠੀਕ ਹੈ। ਯਾਨੀ ਇੱਕ ਕਾਲਮ ਦੀ, ਸਿੰਗਲ ਕਾਲਮ ਦੀ ਖਬਰ ਹੈ। ਮਤਲਬ ਮੈਨੂੰ ਐਂ ਲੱਗ ਰਿਹਾ ਵੀ ਉਹ ਜਿਵੇਂ ਨਾ ਪ੍ਰੋਪੋਗੰਡਾ ਕਹਿ ਦਈਏ, ਹੁਣ ਉਹਨਾਂ ਦੇ ਅਨੁਸਾਰ ਤਾਂ ਚਲੋ ਉਹ ਤਾਂ ਕਿਸੇ ਦਾ ਵੀ ਕਹਿ ਸਕਦੇ ਆ। ਠੀਕ ਹੈ। ਪਰ ਇੱਕ ਗੱਲ ਤਾਂ ਹੈ ਵੀ ਜਦੋਂ ਕਿਸੇ ਇੱਕ ਧਿਰ ਦੇ ਉੱਤੇ ਹਮਲਾ ਹੁੰਦਾ ਤਾਂ ਇਹ ਨੈਚੁਰਲੀ ਗੱਲ ਹੈ ਵੀ ਫਿਰ ਉਹ ਵਿਰੋਧੀ ਪਾਰਟੀਆਂ ਦਾ ਹੀ ਕੰਮ ਹੁੰਦਾ, ਉਹ ਖੋਤਾ ਇਹ ਕਰਨਗੇ ਨਹੀਂ। ਠੀਕ ਹੈ ਜੀ। ਯਾਨੀ ਇਸ ਤਰ੍ਹਾਂ ਦੀ ਇਕੱਲੀ ਇੱਕ ਖਬਰ ਨਹੀਂ, ਮੈਂ ਇੱਕ ਹੋਰ ਵੀ ਦੇਖੀ, ਸ਼ਾਇਦ ਤੁਹਾਡੇ ਧਿਆਨ 'ਚ ਨਾ ਆਈ ਹੋਵੇ, ਇੱਕ ਹੋਰ ਵੀ ਇੱਕ ਵੀ ਮਤਲਬ ਆਡੀਓ ਚੱਲ ਰਹੀ ਹੈ। ਠੀਕ ਹੈ ਜੀ। ਜਿਹਦੇ 'ਚ ਅਰਵਿੰਦ ਕੇਜਰੀਵਾਲ ਦੇ ਘਰ ਵਾਲੀ ਕਿਸੇ ਹੋਰ ਲੇਡੀਜ਼ ਨਾਲ ਗੱਲਬਾਤ ਕਰਦੀ ਦਿਖਾਈ ਗਈ, ਹੁਣ ਇਹ ਵੀ ਨਹੀਂ ਪਤਾ ਵੀ ਉਹ ਅਰਵਿੰਦ ਕੇਜਰੀਵਾਲ ਦੀ ਘਰ ਵਾਲੀ ਹੈ ਜਾਂ ਨਾ। ਬਿਲਕੁਲ। ਦੂਜੀ ਲੇਡੀ ਕੌਣ ਹੈ ਇਹ ਵੀ ਕੋਈ ਪਤਾ ਨਹੀਂ ਲੱਗਦਾ, ਅਤੇ ਇਸ ਕਰਕੇ ਉਹ ਜਿਹੜੀ ਘਟਨਾ ਕਰਮ ਹੈ
ਉਹਦੀ ਵੀ ਕੋਈ ਪੁਸ਼ਟੀ ਨਹੀਂ ਹੁੰਦੀ। ਉਹਦੇ 'ਚੋਂ ਕਿਹਾ ਜਾ ਰਿਹਾ ਵੀ ਕੇਜਰੀਵਾਲ ਦੀ ਜਿਹੜੀ ਕੁੜੀ ਹੈ, ਯਾਨੀ ਕੇਜਰੀਵਾਲ ਦੀ ਘਰਵਾਲੀ ਜੋ ਦਿਖਾਈ ਗਈ ਹੈ ਹਾਂਜੀ ਹਾਂਜੀ ਗੱਲਬਾਤ ਕਰਦੀ, ਅਤੇ ਉਹ ਕਿਹਾ ਗਿਆ ਵੀ ਉਹ ਤਾਂ ਰਾਘਵ ਚੱਡਾ ਜਿਹੜੇ ਵੀ ਉਹਨਾਂ ਨਾਲ ਉਹਨਾਂ ਦੀ ਇੰਗੇਜਮੈਂਟ ਹੋ ਗਈ, ਅਤੇ ਹੁਣ ਜਿਹੜਾ ਇੱਥੋਂ ਦਾ ਜਿਹੜਾ ਮਤਲਬ ਕੰਮਕਾਰ ਹੈ ਪੰਜਾਬ ਦਾ ਉਹ ਸਾਰਾ ਜਾਨੀ ਐਂ ਮੰਨ ਲਓ ਵੀ ਉਹ ਰਾਘਵ ਚੱਡਾ ਦੇਖਣਗੇ, ਉਹਨਾਂ ਨੇ ਕੋਠੀ ਇੱਥੇ ਲੈ ਲਈ। ਠੀਕ ਹੈ। ਹੁਣ ਇਹ ਗੱਲਾਂ ਦੀ ਕੋਈ ਪੁਸ਼ਟੀ ਨਹੀਂ ਹੁੰਦੀ, ਬਿਲਕੁਲ, ਮਤਲਬ ਮੈਨੂੰ ਐਂ ਲੱਗਦਾ ਜਿਵੇਂ ਇੱਕ ਪਾਰਟੀਆਂ ਦੇ ਵਿੱਚ ਜਾਂ ਹੋਰ ਹੋਇਆ ਪ੍ਰੋਪੇਗੰਡਾ ਸੈਕਟਰੀ ਹੁੰਦੇ ਨੇ। ਠੀਕ ਹੈ। ਮੈਨੂੰ ਲੱਗਦਾ ਇੱਕ ਪ੍ਰੋਪੇਗੰਡੇ ਲਈ ਵੀ ਇੱਕ ਮਤਲਬ ਜਿਹੜਾ ਚਾਹੇ ਉਹਨੂੰ ਆਪਾਂ ਫੇਕ ਜਾਣਕਾਰੀ ਭੇਜਣਾ ਲੋਕਾਂ ਤੱਕ ਜਾਂ ਫੇਕ ਇਸ ਤਰ੍ਹਾਂ ਦਾ ਮਤਲਬ ਮਟੀਰੀਅਲ ਤਿਆਰ ਕਰਨਾ ਜਿਹਦੇ ਨਾਲ ਹੁਣ ਦੇਖੋ ਆਵਾਜ਼ ਹੈ ਜਿਹੜੀ ਉਹ ਕਿਸੇ ਦੀ ਹੋ ਸਕਦੀ ਹੈ। ਬਿਲਕੁਲ। ਤੁਸੀਂ ਮੈਂ ਅਸੀਂ ਕੌਣ ਜਾਣਦਾ ਕੇਜਰੀਵਾਲ ਦੇ ਘਰ ਵਾਲੀ ਦੀ ਆਵਾਜ਼ ਕਿਹੋ ਜਿਹੀ ਹੈ। ਬਿਲਕੁਲ ਬਿਲਕੁਲ। ਹੁਣ ਜੇ ਕੋਈ ਦੋ ਲੇਡੀਜ਼ ਦੀਆਂ ਆਵਾਜ਼ਾਂ ਦੀ ਆਪਾਂ ਗੱਲਬਾਤ ਹੁੰਦੀ ਦੱਸ ਕੇ ਹਾਂਜੀ ਹਾਂਜੀ ਵੀ ਉਹ ਕਰਾਂਗੇ ਤਾਂ ਕਿਸੇ ਬੰਦੇ ਨੂੰ ਇਹ ਤਾਂ ਕਿਉਂ ਦੇਖੋ ਚੋਣਾਂ ਦਾ ਦਿਨ ਕੱਲ੍ਹ ਹੈ। ਠੀਕ ਹੈ। ਇਹਦਾ ਪੁਸ਼ਟੀਆਂ ਤਾਂ ਬਾਅਦ 'ਚ ਹੋਣੀਆਂ ਨੇ। ਠੀਕ ਹੈ। ਇਸ ਕਰਕੇ ਕਹਿੰਦੇ ਵੀ ਦੱਬੀ ਚੱਲ ਕਦੇ ਦਾ ਪਿੰਡ ਆਊ ਗਈ। ਠੀਕ ਹੈ ਜੀ। ਦੇਖੋ ਇੱਕ ਗੱਲ ਮਤਲਬ ਮੈਂ ਜੋ ਸਮਝਦਾ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਐਂਟਰੀ ਤੋਂ ਬਾਅਦ ਹਾਂਜੀ ਹਾਂਜੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ ਰਾਜਨੀਤੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਲਾ ਲਓ ਤਾਂ ਅੱਗੇ ਕਦੇ ਗੰਭੀਰਤਾ ਨਾਲ ਜਿਹੜੀਆਂ ਪਾਰਟੀਆਂ ਨੂੰ ਲਿਆ ਨਹੀਂ ਸੀ ਜਾਂਦਾ। ਠੀਕ ਹੈ ਜੀ। ਇੱਥੇ ਲੋਕ ਭਲਾਈ ਪਾਰਟੀ ਜਿਹੜੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਦੇ ਵਿੱਚ ਬਣੀ, ਉਹਨਾਂ ਨੇ ਕਾਫੀ ਮਿਹਨਤ ਕੀਤੀ। ਠੀਕ ਹੈ ਜੀ। ਇਲੈਕਸ਼ਨ ਉਹਨਾਂ ਨੇ ਵੀ ਲੜੀ ਪਰ ਉਹਨਾਂ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ। ਠੀਕ ਹੈ ਜੀ। ਬਹੁਜਨ ਸਮਾਜ ਪਾਰਟੀ ਸੀ, ਬਹੁਜਨ ਸਮਾਜ ਪਾਰਟੀ ਨੇ ਵੀ ਇੱਕ ਸਮਾਂ ਸੀ ਉਹ 1992 ਦੇ ਵਿੱਚ ਮੁੱਖ ਅਪੋਜੀਸ਼ਨ ਧਿਰ ਦੇ ਤੌਰ 'ਤੇ ਰਹੀ, ਭਾਵੇਂ ਵਿਧਾਇਕ ਤਾਂ ਨੌਂ ਹੀ ਸੀ ਇਕੱਲੇ। ਠੀਕ ਹੈ। ਪਰ ਫਿਰ ਵੀ ਤਾਂ ਵਿਰੋਧੀ ਧਿਰ ਦੇ ਤੌਰ 'ਤੇ ਮਤਲਬ ਉਹਨਾਂ ਨੇ ਕੰਮ ਕੀਤਾ, ਉਹਨਾਂ ਨੂੰ ਵੀ ਕਿਸੇ ਨੇ ਗੰਭੀਰਤਾ, ਯਾਨੀ ਇਹ ਤਾਂ ਜਿਹੜਾ ਮਤਲਬ ਪੰਜਾਬ ਪੀਪਲਸ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਬਣਾਈ, ਜਿਹੜੇ ਅੱਜ ਕੱਲ੍ਹ ਚਲੋ ਕਾਂਗਰਸ ਪਾਰਟੀ ਦਾ ਹਿੱਸਾ ਨੇ। ਹਾਂਜੀ ਹਾਂਜੀ। ਠੀਕ ਹੈ। ਵੀ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਹੈ ਨਾ ਜਿਹੜਾ ਆਮ ਆਦਮੀ ਪਾਰਟੀ ਨੇ ਜੇ ਕਹਿ ਲਿਆ ਜਾਵੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਅਵੇਅਰ ਵੀ ਕੀਤਾ। ਠੀਕ ਹੈ ਜੀ। ਅਤੇ ਜਿਹੜੇ ਵਿਰੋਧੀ ਰਵਾਇਤੀ ਵਿਰੋਧੀ ਪਾਰਟੀਆਂ ਸੀ ਠੀਕ ਹੈ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਹੈ ਜਿਹੜੀ ਉਹ ਖਿਸਕਾਈ ਵੀ ਹੈ ਜਿਹਦੇ 'ਚੋਂ ਬੁਖਲਾਹਟ ਉਹਨਾਂ ਦੀ ਗੱਲ ਗੱਲ ਦੇ ਵਿੱਚੋਂ ਝਲਕਦੀ ਹੈ। ਠੀਕ ਹੈ ਜੀ। ਜਿਵੇਂ ਉਦਾਹਰਣ ਦੇ ਤੌਰ 'ਤੇ ਦੇਖੋ ਇੱਥੇ ਉਹਨਾਂ ਨੇ ਕੋਈ ਪੰਜਾਬ ਦੇ ਵਿੱਚ ਇਹੋ ਜਿਹਾ ਘਟਨਾਕ੍ਰਮ ਕਦੇ ਨਹੀਂ ਆਇਆ ਸਾਹਮਣੇ। ਠੀਕ ਹੈ ਜੀ। ਵੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ ਕਦੇ ਇਲੈਕਸ਼ਨ ਤੋਂ ਪਹਿਲਾਂ ਕਦੇ ਇਹੋ ਜਿਹਾ ਕੁਛ ਨਹੀਂ ਆਇਆ ਵੀ ਕੋਈ ਉਹਨਾਂ ਦੇ ਕੋਈ ਠੱਗੀਆਂ ਠੋਰੀਆਂ ਦੇ ਇਲਜ਼ਾਮ ਲੱਗੇ ਹੋਣ ਜਾਂ ਕੋਈ ਕਰਪਸ਼ਨ ਦੇ ਲੱਗੇ ਹੋਣ, ਇਹੋ ਜਿਹਾ ਕਦੇ ਆਇਆ ਨਹੀਂ। ਪਰ ਲਗਭਗ ਜਿੰਨੀਆਂ ਰਵਾਇਤੀ ਪਾਰਟੀਆਂ ਉਹਨਾਂ ਵੱਲੋਂ ਮੇਨ ਟਾਰਗੇਟ ਉਹਨਾਂ ਨੂੰ ਹੀ ਕਰੀ ਜਾਣਾ। ਠੀਕ ਹੈ। ਵੀ ਇਹ ਪੰਜਾਬ ਲਈ ਬੜੇ ਮਾੜੇ ਨੇ, ਦੇਖੋ ਕੰਮ ਬੰਦੇ ਨੂੰ ਕਰਨ ਦਾ ਮੌਕਾ ਨਹੀਂ ਮਿਲਿਆ। ਠੀਕ ਹੈ। ਤੇ ਉਹਦਾ ਨਤੀਜਾ ਆਪਾਂ ਪਹਿਲਾਂ ਹੀ ਦਿੱਤਾ ਜਾ ਰਿਹਾ। ਠੀਕ ਹੈ ਜੀ। ਠੀਕ ਹੈ। ਇਸੇ ਤਰ੍ਹਾਂ ਭਗਵੰਤ ਮਾਨ ਬਾਰੇ ਵੀ ਉਹ ਸ਼ਰਾਬ ਪੀਂਦੇ ਨੇ, ਹੋਰ ਕਰਦੇ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ ਜਿਹੜਾ ਸੁਭਾਵਿਕ ਤੌਰ 'ਤੇ ਜਦੋਂ ਆਪਾਂ ਇਹਨੂੰ ਦੇਖਦੇ ਹਾਂ ਵੀ ਪਹਿਲੀ ਨਜ਼ਰ ਨਿਗਾਹ ਮਾਰਦੇ ਹਾਂ ਵੀ ਜਿਹੜਾ ਉਹਨਾਂ ਨੂੰ ਉਹ ਇੰਨਾ ਜ਼ਿਆਦਾ ਟਾਰਗੇਟ ਕਰ ਰਿਹਾ, ਇਹਦਾ ਮਤਲਬ ਉਹ ਮੁੱਖ ਧਿਰ ਦੇ ਤੌਰ 'ਤੇ ਉਹ ਪੰਜਾਬ ਦੇ ਵਿੱਚ ਉਭਰੇ ਹੋਏ ਨੇ। ਇਹ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਲਗਾਤਾਰ ਦਿੱਤੀ ਜਿਹੜੀ ਉਹਨਾਂ ਦੇ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਹੈ, ਅਤੇ ਲਗਭਗ ਇੱਕ ਤਰ੍ਹਾਂ ਦੀ ਬਿਆਨਬਾਜ਼ੀ ਹੈ। ਹਾਂਜੀ ਹਾਂਜੀ ਹਾਂਜੀ। ਵੀ ਹੁਣ ਭਗਵੰਤ ਮਾਨ ਦੇ ਸ਼ਰਾਬੀ ਹੋਣ ਬਾਰੇ ਇਹ ਮੈਂ ਤਾਂ 2014 ਤੋਂ ਦੇਖਦਾ ਹੋਣਾ, 2014 ਜੋ ਮੈਂਬਰ ਪਾਰਲੀਮੈਂਟ ਜਦੋਂ ਪਹਿਲੀ ਵਾਰ ਬਣੇ ਨੇ ਠੀਕ ਹੈ ਉਦੋਂ ਵੀ ਬੜੀਆਂ ਉਹਨਾਂ ਦੀਆਂ ਵੀਡੀਓ ਇਸ ਤਰ੍ਹਾਂ ਦੀਆਂ ਆਈਆਂ। ਠੀਕ ਹੈ ਜੀ। ਪਰ ਪਬਲਿਕ ਨੇ ਕੋਈ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ। ਠੀਕ ਹੈ ਜੀ। ਫਿਰ ਉਦੋਂ ਅਗਲੀ ਵਾਰ ਫਿਰ ਮਤਲਬ ਈਵਨ ਇੱਥੋਂ ਤੱਕ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਬਾਗੀ ਸਾਂਸਦ ਸੀਗੇ ਹਰਿੰਦਰ ਸਿੰਘ ਖਾਲਸਾ, ਹਾਂਜੀ ਹਾਂਜੀ, ਤੇ ਉਹਨਾਂ ਨੇ ਤਾਂ ਇੱਕ ਚਿੱਠੀ ਦਿੱਤੀ ਸੀ ਵੀ ਮੈਨੂੰ ਤਾਂ ਜੀ ਇਹਨਾਂ ਦੇ ਨਾਲ ਦੀ ਸੀਟ ਤੇ ਬੈਠਣ ਤੋਂ ਬੜੀ ਦਿੱਕਤ ਆਉਂਦੀ ਹੈ ਵੀ ਇਹ ਸ਼ਰਾਬ ਦੀ ਮਤਲਬ ਬਦਬੋ ਮਾਰਦੀ ਹੈ ਇਹਨਾਂ 'ਚੋਂ। ਠੀਕ ਹੈ ਜੀ। ਬੜਾ ਪ੍ਰਚਾਰ ਚੱਲਿਆ ਉਦੋਂ, ਪਰ ਲੋਕਾਂ ਨੇ 2019 ਦੇ ਵਿੱਚ ਫਿਰ ਭਗਵੰਤ ਮਾਨ ਨੂੰ 1,00,000 ਦਾ ਵੋਟ, ਕੋਈ ਘੱਟ ਦਾ ਅੰਤਰ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਤੇ ਵੀ ਇਸ ਕਰਕੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਹੈ ਇਹ ਇੱਕ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹਨੂੰ ਕਹਿੰਦੇ ਸੀ ਆਮ ਆਦਮੀ ਪਾਰਟੀ ਤੀਲਾ ਤੀਲਾ ਹੋ ਗਈ। ਹਾਂਜੀ ਹਾਂਜੀ। ਵੀ ਇਹ ਆਮ ਆਦਮੀ ਪਾਰਟੀ ਦੇ ਆਭਾਰ ਨੂੰ ਸਵੀਕਾਰ ਕਰਨ ਦੇ ਵਾਲੀ ਗੱਲ ਹੈ ਵਿਰੋਧੀ ਪਾਰਟੀਆਂ ਵੱਲੋਂ, ਜੇ ਉਹਦਾ ਕੋਈ ਗੱਲ ਹੋਵੇ ਹੀ ਨਾ। ਠੀਕ ਹੈ ਜੀ। ਤੇ ਮੈਨੂੰ ਲੱਗਦਾ ਕਿਸੇ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ। ਠੀਕ ਹੈ ਜੀ। ਹੁਣ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 2 ਵਾਰ ਮੈਂਬਰ ਪਾਰਲੀਮੈਂਟ ਰਹੇ। ਠੀਕ ਹੈ ਜੀ। ਪਿਛਲੀ ਵਾਰ ਇੱਥੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਉਹਨਾਂ ਦੀ ਜ਼ਮਾਨਤ ਜਬਤ ਵੀ ਹੋ ਗਈ, ਇਸ ਵਾਰ ਉਹ ਅਮਰਗੜ੍ਹ ਤੋਂ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ, ਅਤੇ ਉਹ ਸਾਰੀਆਂ ਹਾਲਤਾਂ ਦੇ ਵਿੱਚ ਦੇਖੋ ਉਹਨਾਂ ਨੂੰ ਕੋਈ ਟਾਰਗੇਟ ਨਹੀਂ ਕਰ ਰਿਹਾ। ਠੀਕ ਹੈ ਜੀ। ਹੁਣ ਕਿਉਂ ਨਹੀਂ ਕਰ ਰਿਹਾ? ਕਿਉਂ ਨਿਸ਼ਾਨਾ ਤਾਂ ਜਿਹੜਾ ਵਿਰੋਧੀ ਹੈ ਉਸੇ 'ਤੇ ਲੱਗੂ ਨਾ। ਠੀਕ ਹੈ ਜੀ। ਠੀਕ ਹੈ। ਯਾਨੀ ਇਹ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਆਭਾਰ ਹੈ, ਉਹਨੇ ਰਵਾਇਤੀ ਪਾਰਟੀਆਂ ਦੇ ਪੈਰ
ਮਤਲਬ ਉਖੇੜੇ ਹੋਏ ਨੇ। ਠੀਕ ਹੈ ਜੀ। ਹੁਣ ਨਤੀਜੇ ਕਿਹੋ ਜਿਹੇ ਆਉਂਦੇ ਨੇ ਇਹ ਤਾਂ ਆਉਣ ਵਾਲੇ ਕੋਈ ਬਹੁਤਾ ਨਹੀਂ ਦੂਰ। ਠੀਕ ਹੈ ਜੀ। 10 ਤਰੀਕ ਆ ਗਈ ਮੈਨੂੰ। ਠੀਕ ਹੈ ਜੀ। ਨਿੱਕਾ ਜੀ, ਜਿਹੜਾ ਬਰਨਾਲਾ ਜ਼ਿਲ੍ਹਾ ਹੈ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਸ਼ਹਿਰ ਹੈ, ਇਹ ਹਮੇਸ਼ਾ ਹੀ ਪੰਜਾਬ ਨੂੰ ਇੱਕ ਤਰ੍ਹਾਂ ਦਾ ਲੀਡ ਕਰਦਾ ਰਿਹਾ ਹੈਗਾ ਅਤੇ ਪਿਛਲੀਆਂ ਜਿਹੜੀਆਂ 2017 ਦੀਆਂ ਇਲੈਕਸ਼ਨ ਸੀਗੀਆਂ ਇਸ ਜ਼ਿਲ੍ਹੇ ਦੇ ਨਾਲ ਸੰਬੰਧਿਤ 3 ਸੀਟਾਂ ਦੇ ਉੱਪਰ ਜਿਹੜੀ ਆਮ ਆਦਮੀ ਪਾਰਟੀ ਕਾਬਜ ਹੋਈ ਸੀ, ਅਤੇ ਇਸ ਵਾਰ ਬਰਨਾਲੇ ਤੋਂ ਜਿਵੇਂ ਮੀਤਹੇਰ ਲੜ ਰਹੇ ਨੇ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਹੋਰੀ, ਅਤੇ ਭਦੌੜ ਤੋਂ ਇੱਕ ਬਿਲਕੁਲ ਹੀ ਯੰਗ ਨੌਜਵਾਨ ਲਾਭ ਸਿੰਘ ਉੱਗੋ ਕੇ ਚੋਣ ਲੜ ਰਿਹਾ ਹੈ। ਉਹਨਾਂ ਦੇ ਸਿਆਸੀ ਭਵਿੱਖ ਬਾਰੇ ਤੁਸੀਂ ਕਿਸ ਤਰ੍ਹਾਂ ਦੀ ਟਿੱਪਣੀ ਕਰੋਗੇ ਜਾਂ ਕਿਸ ਤਰ੍ਹਾਂ ਦਾ ਸਿਨੈਰੀਓ ਬਣਿਆ ਹੋਇਆ ਹੈ? ਮੰਗਤ ਜੀ, ਮੈਂ ਮਤਲਬ ਇੱਕ ਗੱਲ ਸਮਝਦਾ ਵੀ ਜਦੋਂ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਸੀ, ਉਹਨਾਂ ਦਿਨਾਂ ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਸੀ ਵੀ ਲੋਕਾਂ ਦੇ ਵਿੱਚ ਦੇਖੋ ਝਾੜੂ 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 ਹੋਈ ਜਾਂਦੀ ਸੀ। ਹਾਂਜੀ ਹਾਂਜੀ। ਉਹਨਾਂ ਨੂੰ ਕੋਈ ਗੰਭੀਰਤਾ ਨਾਲ ਲੈਂਦਾ ਹੀ ਨਹੀਂ ਸੀ। ਠੀਕ ਹੈ ਜੀ। ਵੀ ਪ੍ਰਚਾਰ ਤਾਂ ਹੁੰਦਾ ਸੀ ਪਰ ਕੋਈ ਇਹ ਬੰਦੇ ਮਤਲਬ ਕੋਈ ਜਿਹੜੇ ਰਾਜਨੀਤਿਕ ਪੰਡਿਤ ਨੇ ਉਹ ਕੋਈ ਉਹਨੂੰ ਇਸ ਤਰ੍ਹਾਂ ਦਾ ਨਹੀਂ ਸੀ ਲੈਂਦੇ। ਲੋਕਾਂ ਨੇ ਮਤਲਬ ਜਿਹੜੀਆਂ ਪਹਿਲਾਂ ਜਿਵੇਂ ਆਪਾਂ ਪਾਰਟੀਆਂ ਗਿਣੀਆਂ, ਪੀਪਲਜ਼ ਪਾਰਟੀ ਆਫ ਪੰਜਾਬ, ਲੋਕ ਭਲਾਈ ਪਾਰਟੀ ਜਾਂ ਹੋਰ ਰਾਜਨੀਤਿਕ ਪਾਰਟੀਆਂ, ਉਹਨਾਂ ਦਾ ਮਤਲਬ ਜਿਹੜਾ ਹਸ਼ਰ ਹੁੰਦਾ ਦੇਖਿਆ ਸੀ। ਇਸ ਕਰਕੇ ਉਹਨਾਂ ਨੂੰ ਲੱਗਦਾ ਸੀ ਵੀ ਇਹ ਤੀਜੀ ਪਾਰਟੀ ਹੈ ਅਤੇ ਇਹਦਾ ਹਸ਼ਰ ਉਹੀ ਹੋਣਾ ਜਿਹੜਾ ਪਹਿਲੀਆਂ ਦਾ ਹੋਇਆ। ਠੀਕ ਹੈ ਜੀ। ਠੀਕ ਹੈ। ਅਤੇ ਉਸ ਦੇ ਕਾਰਨ ਜਿਹੜਾ ਇਹਨਾਂ ਦਾ ਮਤਲਬ ਆਪਾਂ ਕਹੀਏ ਭਵਿੱਖ ਕੀ ਹੈ, ਉਹੋ ਜਿਹੇ ਹਾਲਤ ਦੇ ਵਿੱਚ ਜਿਹਨੂੰ ਮਤਲਬ ਉਦੋਂ, ਹੁਣ ਤਾਂ ਦੇਖੋ ਲੋਕਾਂ ਨੂੰ ਆਹਟ ਸੁਣਾਈ ਦੇ ਰਹੀ ਹੈ। ਠੀਕ ਹੈ ਜੀ। ਉਦੋਂ ਤਾਂ ਇਹ ਸਾਰਾ ਕੁਝ ਨਵਾਂ ਸੀ। ਠੀਕ ਹੈ ਜੀ। ਹੁਣ ਤਾਂ ਆਪਾਂ ਗੱਲ ਕਰਦੇ ਹਾਂ ਵੀ ਇੱਕ ਵਿਧਾਇਕ ਉਹਨਾਂ ਦਾ ਨਵਾਂ ਹੈ, ਵਿਧਾਇਕ ਮੈਂ ਕਿਹਾ ਗਿਆ ਉਮੀਦਵਾਰ ਵੀ ਉਮੀਦਵਾਰ ਹੈ ਜਿਹੜਾ ਉਹ ਇੱਕ ਹੈ, ਦੋ ਤਾਂ ਪੁਰਾਣੇ ਵਿਧਾਇਕ ਹੀ ਨੇ। ਹਾਂਜੀ ਹਾਂਜੀ। ਕੁਲਵੰਤ ਸਿੰਘ ਪਨੋਰੀ ਮਹਿਲ ਕਲਾਂ ਤੋਂ ਪਹਿਲਾਂ ਵੀ ਵਿਧਾਇਕ ਸੀ ਅਤੇ ਗੁਰਮੀਤ ਸਿੰਘ ਮੀਤਹੇਰ ਬਰਨਾਲੇ ਤੋਂ ਵੀ ਪਹਿਲਾਂ ਵੀ ਵਿਧਾਇਕ ਨੇ, ਜਾਨੀ ਨਵੇਂ ਉਮੀਦਵਾਰ ਤਾਂ ਉਹਨਾਂ ਦੇ ਨੇ ਲਾਭ ਸਿੰਘ ਉੱਗੋ। ਹਾਂਜੀ ਹਾਂਜੀ। ਅਤੇ ਹੁਣ ਤਾਂ ਉਹਨਾਂ ਦੀ ਜਿਹੜੀ ਮਤਲਬ ਉਹਨਾਂ ਦੇ ਬਾਰੇ ਗੱਲ ਹੈ ਉਹ ਵਿਰੋਧੀ ਪਾਰਟੀਆਂ ਨੂੰ ਮੁੱਖ ਟਾਰਗੇਟ ਹੀ ਉਹਨਾਂ ਨੂੰ ਕਰਨਾ ਪੈ ਰਿਹਾ। ਠੀਕ ਹੈ ਜੀ। ਵੀ ਜੇ ਇਹਨਾਂ ਦਾ ਜਿਹੜਾ ਭਵਿੱਖ ਹੈ ਜੇ ਉਹ ਕਿਸੇ ਗਿਣਤੀ 'ਚ ਹੋਣ ਨਾ, ਕਿਸੇ ਗਿਣਤੀ ਮਿਣਤੀ 'ਚ, ਮੈਨੂੰ ਲੱਗਦਾ ਕਿਸੇ ਦੇ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ। ਜਾਨੀ ਮੈਨੂੰ ਜੋ ਦੇਖੋ, ਮੈਂ 3 ਹਲਕਿਆਂ ਦੇ ਵਿੱਚ ਜੇ ਆਪਾਂ ਬਹੁਤੇ ਪੰਜਾਬ ਦੀ ਗੱਲ ਨਾ ਕਰੀਏ ਤਾਂ ਜਦੋਂ ਮੈਂ 3 ਹਲਕਿਆਂ ਦੇ ਵਿੱਚ ਗਿਆ ਤਾਂ ਇਹ ਜਿਹੜਾ ਰੁਝਾਨ ਸੀ ਆਮ ਆਦਮੀ ਪਾਰਟੀ ਦੇ ਪ੍ਰਤੀ ਉਹ ਲੋਕਾਂ ਨੂੰ ਦੇਖਣ ਨੂੰ ਕਾਫੀ ਮਤਲਬ ਮਿਲਦਾ ਸੀ। ਠੀਕ ਹੈ ਜੀ। ਨਿੱਕਾ ਜੀ, ਗੱਲਾਂ ਦੇ ਵਿੱਚੋਂ ਜਿਵੇਂ ਅੱਜ ਕੱਲ੍ਹ ਇਲੈਕਸ਼ਨ ਦੇ ਟਾਈਮ ਕਰਕੇ ਡੇਰੇ ਦੀ ਗੱਲ ਵੀ ਬਹੁਤ ਚੱਲ ਰਹੀ ਹੈ। ਕਿਹੜੇ ਡੇਰੇ ਦੀ? ਡੇਰੇ ਵੀ ਕਈ ਪੰਜਾਬ ਦਾ ਡੇਰਿਆਂ ਦਾ, ਵੈਸੇ ਤਾਂ ਉਹ ਸੀ ਡੇਰੋਂ ਪਰ ਡੋਰੇ, ਮੰਨ ਲਓ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਬਾਕੀ ਜਿਹੜੇ ਹੁੰਦੇ ਹੈਗੇ ਆਪਣਾ 59 ਮਹੀਨੇ ਪੁੱਛਦੇ ਨਹੀਂ ਅਤੇ ਜਦੋਂ ਅਖੀਰਲਾ ਮਹੀਨਾ ਆ ਜਾਂਦਾ ਹੈਗਾ 60ਵਾਂ ਮਹੀਨਾ ਅਤੇ ਉਦੋਂ ਫਿਰ ਇਹਨਾਂ ਦੇ ਉੱਤੇ ਡੋਰੇ ਪਾਉਣੇ ਸ਼ੁਰੂ ਕਰ ਲੈਂਦੇ ਹੈ ਡੇਰਿਆਂ ਦੇ ਉੱਤੇ। ਅਤੇ ਜਿਹੜਾ ਬਰਨਾਲਾ ਰੀਜ਼ਨ ਹੈ ਇਹਦੇ ਉੱਤੇ ਤਾਂ ਜਿਵੇਂ ਆਪਾਂ ਕਹਿੰਦੇ ਡੇਰਾ ਸੱਚਾ ਸੌਦਾ ਦਾ ਜ਼ਿਆਦਾ ਜਿਹੜਾ ਹੈਗਾ ਪ੍ਰਭਾਵ ਹੈ ਇਸ ਏਰੀਏ ਦੇ ਵਿੱਚ, ਮੈਂ ਉਹਦੇ ਬਾਰੇ ਤੁਹਾਡੀ ਟਿੱਪਣੀ ਚਾਹੂੰਗਾ। ਦੇਖੋ, ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ। ਠੀਕ ਹੈ ਜੀ। ਡੇਰਾ ਕੋਈ ਵੀ ਹੋਵੇ, ਇਕੱਲਾ ਸੱਚਾ ਸੌਦਾ ਸਰਸਾ ਨਹੀਂ, ਕੋਈ ਵੀ ਧਾਰਮਿਕ ਸਥਾਨ ਹੈ ਉਹਨਾਂ ਦੇ ਨਾਲ ਜੁੜੇ ਹੋਏ ਸ਼ਰਧਾਲੂਆਂ ਦੀ ਜਿਹੜੀ ਗਿਣਤੀ ਹੈ ਉਹ ਹੁੰਦੀ ਹੈ, ਅਤੇ ਡੇਰਾ ਸਰਸਾ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਕਾਫੀ ਮਤਲਬ ਮਾਲਵਾ ਰੀਜਨ ਦੇ ਵਿੱਚ ਤਾਂ ਖਾਸ ਤੌਰ 'ਤੇ ਮੰਨਿਆ ਜਾਂਦਾ। ਠੀਕ ਹੈ ਜੀ। ਅਤੇ ਸਾਡੇ ਬਠਿੰਡਾ ਤੋਂ ਮਤਲਬ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਅੱਜ ਇੱਕ ਖਬਰ ਨਸ਼ਰ ਕੀਤੀ ਹੈ, ਡੇਰਾ ਸਰਸਾ ਨੇ ਰਾਜਸੀ ਧਿਰਾਂ ਨੂੰ ਇਉਂ ਪਾਇਆ ਸਿਆਸੀ ਚੋਗਾ। ਠੀਕ ਹੈ ਜੀ। ਸਿਆਸੀ ਚੋਗਾ, ਜਾਨੀ ਜਿਵੇਂ ਆਪਾਂ ਜਾਨਵਰਾਂ ਨੂੰ ਸਿੱਟਦੇ ਨੇ, ਹਾਂਜੀ ਹਾਂਜੀ, ਚੋਗਾ ਸ਼ਬਦ ਤਾਂ ਇਹੀ ਹੈ। ਬਿਲਕੁਲ ਜੀ। ਵੀ ਹੁਣ ਕਾਰਨ ਕੀ ਹੈ ਵੀ ਸਾਰਿਆਂ ਦੀਆਂ ਜਿਹੜੀਆਂ ਨਿਗਾਹ ਹੈ, ਦੇਖੋ ਜਿਹੜਾ ਤਾਂ ਵੋਟਰਾਂ ਨੂੰ ਲੁਭਾਉਣ ਦੇ ਸਾਰੇ ਤੌਰ ਤਰੀਕੇ ਰਾਜਨੀਤਿਕ ਪਾਰਟੀਆਂ ਦੇ ਹਰ ਉਮੀਦਵਾਰ ਨੇ ਅਪਣਾਏ ਨੇ। ਠੀਕ ਹੈ ਜੀ। ਠੀਕ ਹੈ। ਉਦੋਂ ਬਾਅਦ ਹੁਣ ਜਦੋਂ ਸ਼ਾਂਤ ਹੋ ਗਿਆ ਕੰਮ, ਇਹ ਵੋਟ ਬੈਂਕ ਵੱਡਾ ਹੋਣ ਕਰਕੇ ਹੁਣ ਫਿਰ ਸਾਰਿਆਂ ਦੀਆਂ ਨਿਗਾਹ ਉੱਤੇ ਟਿੱਕੀਆਂ ਹੋਈਆਂ ਸੀ। ਠੀਕ ਹੈ ਜੀ। ਹੁਣ ਇੱਕ ਗੱਲ ਤਾਂ ਸਾਫ਼ ਤੌਰ 'ਤੇ ਕਲੀਅਰ ਹੈ ਵੀ ਡੇਰੇ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ, ਜਦੋਂ ਕਿਉਂ ਇਹ ਜਿਹੜਾ ਰੌਲਾ ਰੱਪਾ ਸਮਰਥਨ ਦੇਣ ਦਾ, ਕਿਹਨੂੰ ਦੇਣ ਦਾ, ਕਿਵੇਂ ਦੇਣ ਦਾ, ਉਹ ਹਰ ਇਲੈਕਸ਼ਨ ਦੇ ਵੇਲੇ ਪੈਂਦਾ। ਠੀਕ ਹੈ। ਪਰ ਡੇਰੇ ਵੱਲੋਂ ਜਿਹੜੇ ਡੇਰੇ ਦੇ ਗੱਦੀ ਨਿਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਜਿੰਸਾ, ਉਹਨਾਂ ਵੱਲੋਂ ਮਤਲਬ ਲਗਾਤਾਰ ਇਹ ਗੱਲ ਦਾ ਖੰਡਨ ਕੀਤਾ ਜਾਂਦਾ ਰਿਹਾ ਵੀ ਜਿਹੜਾ ਡੇਰਾ ਹੈ ਉਹ ਕਿਸੇ ਕਿਸਮ ਦਾ ਕੋਈ ਫਰਮਾਨ ਜਾਰੀ ਨਹੀਂ ਕਰਦਾ। ਠੀਕ ਹੈ। ਇਹ ਜਿਹੜਾ ਫੈਸਲਾ ਹੈ ਇਹ ਰਾਜਸੀ ਵਿੰਗ ਲੈਂਦਾ, ਉਹਨਾਂ ਦਾ ਇੱਕ ਵੱਖਰਾ ਰਾਜਸੀ ਵਿੰਗ ਹੈ ਜਿਹੜਾ ਸਾਧ ਸੰਗਤ ਨੇ ਬਣਾਇਆ ਹੋਇਆ ਵੀ ਉਹ ਫੈਸਲਾ ਲੈਂਦਾ। ਠੀਕ ਹੈ ਜੀ। ਹੁਣ ਉਹਨਾਂ ਦੇ ਫੈਸਲੇ ਬਾਰੇ ਕੀ ਮਤਲਬ ਕਿਹਾ ਜਾਵੇ, ਇੱਥੇ ਜੇ ਬਰਨਾਲਾ ਦੇ ਹੀ ਦੇਖੀਏ ਤਾਂ ਇੱਥੇ ਕੱਲ੍ਹ ਤੱਕ ਗੱਲ ਇਹ ਚੱਲਦੀ ਰਹੀ
भी अज सवेर तक भी चलती रही भी उन्होंने भारतीय जनता पार्टी नूं समर्थन दिता। ठीक है जी। हुण भारतीय जनता पार्टी वाले बड़े कच्छा बजाते फिरते सी। ठीक है जी। भी गल तो बन गई लगती है। ठीक है जी। कि उरे 10-12 हज़ार दे करीब वोट है जिहड़ी वो डेरा सरसा दी बरनाला विधानसभा हल्के की जो गल करिए इत्थे इन्नी कु वोट हैगी है। ठीक है जी। ठीक है। तो उदू बाद दे विच अज शाम नूं गल चल पी भी वह कुलवंत सिंह कांता नूं जिहड़ा अकाली दल दे भावें देखो अकाली दल का हाल तो यह है भी अकाली दल के जिहड़े प्रधान ने सुखबीर सिंह बादल उन्होंने जिहड़े मतलब डेरा मुखी संत राम रहीम जी ने गुरमीत राम रहीम जी उन्होंने लई जो पैरोल की गल चली है तो उन्होंने साफ तौर पर कहा भी असी मतलब जिहड़े भी संतां नूं इत्थे मतलब असी पंजाब दे विच एंटर नहीं करन देवांगे। ठीक है जी। तो जिहड़े अकाल तख्त साहब के जथेदार ने हरप्रीत सिंह जी उन्होंने भी इस गल का मतलब विरोध किया भी जिहड़ी पैरोल दित्ती है भी सिख धिर ने जिहड़ियां पंथक धिर कह लिए उन्हों का इस तरह का विरोध किया गया सी। हुण इस करके ना तो देखो ये गल डेरा प्रेमियों नूं हजमा रही है। ठीक है जी। जिन्हें ऐ मान लो इको इलैक्शन दे विच दो बार मतलब ये गल कही जानी उन्हें जिहड़ा कन्फ्यूजन है वो लोगों च भरम की स्थिति पैदा की है भरम की आम पब्लिक च नहीं। हाँ जी। हाँ जी। भी वह डेरे नाल जुड़े श्रद्धालुओं च। ठीक है जी। हुण बहुते तो इस तरह के भी घटनावां सामने आईयां भी जदों जिहड़े डेरा प्रेमी मतलब वोटां दे संबंध विच इह कहण गए ਤਾਂ ਲੋਕਾਂ ਨੇ ਮਤਲਬ ਇਹ ਜਿਹੜੇ ਡੇਰਾ ਪ੍ਰੇਮੀ ਆ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ। ਠੀਕ ਹੈ ਜੀ। ਵੀ ਤੁਸੀਂ ਕੱਲ੍ਹ ਕੀ ਕਹਿੰਦੇ ਸੀ ਅਤੇ ਅੱਜ ਤੁਸੀਂ ਕੀ ਕਹਿੰਦੇ ਹੋ। ਠੀਕ ਹੈ। ਜਦੋਂ ਵੀ ਜਿਹੜਾ ਡੇਰਾ ਹੈ ਉਹਦੇ ਵੱਲੋਂ ਤਾਂ ਇਹ ਕੋਈ ਆਦੇਸ਼ ਦਿੱਤਾ ਹੀ ਨਹੀਂ ਜਾਂਦਾ। ਠੀਕ ਹੈ ਜੀ। ਯਾਨੀ ਉਹਦੇ 'ਤੇ ਉਹ ਜਿਹੜੇ ਸੁਨੇਹਾ ਦੇਣ ਪਹੁੰਚੇ ਸੀ ਉਹਨਾਂ ਨੂੰ ਨੋਚੀ ਦਾ ਸਾਹਮਣਾ ਕਰਨਾ ਪਿਆ। ਠੀਕ ਹੈ ਜੀ। ਹਾਲਤ ਤਾਂ ਇੱਥੋਂ ਤੱਕ ਵੀ ਰਹੀ ਮੈਨੂੰ ਕੱਲ੍ਹ ਧਨੌਲੇ ਜਾਣ ਦਾ ਮੌਕਾ ਮਿਲਿਆ। ਠੀਕ ਹੈ ਜੀ। ਉੱਥੇ ਕੁਛ ਜਿਹੜੇ ਪ੍ਰੇਮੀ ਸੀ ਕਿਉਂ ਜ਼ਿਆਦਾ ਦੇਖੋ ਜਿਹੜਾ ਕਹੀਏ ਆਪਾਂ ਦਲਿਤ ਵਰਗਾਂ ਦੇ ਲੋਕ ਵੱਡੀ ਗਿਣਤੀ ਜੁੜੇ ਹੋਏ ਨੇ ਬਾਕੀ ਦੀ ਗਿਣਤੀ ਹੈ ਜਿਹੜੀ ਉਹ ਹੋਰ ਵਰਗਾਂ ਦੀ ਘੱਟ ਹੈ। ਠੀਕ ਹੈ ਜੀ। ਮਤਲਬ ਉਹਨਾਂ ਦੇ ਅਨੁਸਾਰ ਜੇ ਉਹਨਾਂ ਦੇ ਮੁਤਾਬਕ ਦੇਖੀਏ ਆਪਾਂ ਤਾਂ ਉਹਨਾਂ ਨੂੰ ਜਦੋਂ ਗੱਲ ਪੁੱਛੀ ਗਈ ਵੀ ਇਸ ਤਰ੍ਹਾਂ ਕੋਈ ਸਮਰਥਨ ਦੀ ਗੱਲ ਤੁਹਾਨੂੰ ਲੱਗਦਾ ਵੀ ਕੋਈ ਦਿੱਤਾ ਗਿਆ ਉਹਨਾਂ ਦੀ ਗੱਲ ਇੱਕ ਆਪਦਾ ਹੀ ਕਿਉਂ ਦੇਖੋ ਹਰ ਇੱਕ ਬੰਦੇ ਦਾ ਨਜ਼ਰੀਆ ਆਪਦਾ। ਠੀਕ ਹੈ ਜੀ। ਬੇਸ਼ੱਕ ਦੇਖੋ ਆਪਾਂ ਸਾਰੇ ਜਾਣਦੇ ਹਾਂ ਵੀ ਸੰਤਾਂ ਨੂੰ ਪੈਰੋਲ ਹੈ ਜਿਹੜੀ ਉਹ ਮਿਲੀ ਹੋਈ ਹੈ। ਹਾਂਜੀ। ਠੀਕ ਹੈ। ਉਹ ਸ਼ਾਇਦ ਹੈ ਵੀ 23 ਤਰੀਕ ਤੱਕ ਹੈ। ਹਾਂਜੀ। ਅਤੇ 23 ਫਰਵਰੀ ਤੱਕ ਵੀ ਇਲੈਕਸ਼ਨ ਤੋਂ ਬਾਅਦ। ਬਿਲਕੁਲ ਬਿਲਕੁਲ। ਅਤੇ ਹੈ ਪਰ ਉਹਨਾਂ ਦਾ ਦੇਖੋ ਜਿਹੜਾ ਤਰਕ ਸੀ ਹਰ ਇੱਕ ਬੰਦਾ ਆਪੋ ਆਪਣੇ ਨਜ਼ਰੀਏ ਨਾਲ ਸੋਚਦਾ। ਠੀਕ ਹੈ ਜੀ। ਉਹਨਾਂ ਦਾ ਤਾਂ ਇਹ ਸੀ ਵੀ ਅਸੀਂ ਤਾਂ ਇਹ ਤਾਂ ਮੰਨਾਂਗੇ ਵੀ ਕਹਿੰਦੇ ਇਹ ਤਾਂ ਇੱਕ ਡਰਾਮਾ ਕੀਤਾ ਜਾ ਰਿਹਾ। ਹਾਂਜੀ। ਹਾਂ ਵੀ ਜੇ ਉਹਨਾਂ ਨੂੰ ਸੰਤਾਂ ਨੂੰ ਰਿਹਾਅ ਕਰ ਦਿੱਤਾ ਗਿਆ ਜੇ ਤਾਂ ਉਹ ਸਤਸੰਗ ਕਰਦੇ ਨੇ। ਠੀਕ ਹੈ ਜੀ। ਲੋਕਾਂ ਦੇ ਸਾਹਮਣੇ ਆਉਂਦੇ ਫਿਰ ਤਾਂ ਉਹ ਰਿਹਾਅ ਕੀਤੇ। ਠੀਕ ਹੈ। ਵੀ ਉਹ ਕਹਿੰਦੇ ਨਹੀਂ ਨਹੀਂ ਇਹ ਤਾਂ ਐਂ ਲੱਗਦਾ ਵੀ ਇੱਕ ਜੇਲ੍ਹ ਦੇ ਵਿੱਚੋਂ ਸਨਾਰੀਆ ਦੇ ਵਿੱਚੋਂ ਬਦਲ ਕੇ ਦੂਜੇ 'ਚ ਭੇਜ ਦਿੱਤੇ। ਠੀਕ ਹੈ ਜੀ। ਵੀ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਾਨੀ ਐਂ ਮੰਨ ਲਓ ਵੀ ਜਿਹੜੇ ਇਸ ਤਰ੍ਹਾਂ ਦਾ ਪ੍ਰਚਾਰ ਹੈ ਹੁਣ ਨਾ ਤਾਂ ਇਹਦੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਹੈ। ਠੀਕ ਹੈ ਜੀ। ਕੋਈ ਲਿਖਤ ਦੇ ਵਿੱਚ ਕੋਈ ਪ੍ਰੈਸ ਨੋਟ ਨਹੀਂ ਜਾਰੀ ਹੁੰਦਾ ਇਹ ਤਾਂ ਮੂੰਹੋਂ ਮੂੰਹ ਗੱਲ ਹੈ ਜਿਹੜੀ ਜਿਵੇਂ ਉਹਨਾਂ ਦੇ ਜਿਹੜੇ ਫਾਲੋਅਰ ਨੇ ਉਹਨਾਂ ਦੇ ਆਗੂ ਨੇ ਉਹ ਲੋਕਾਂ ਤੱਕ ਲੈ ਕੇ ਜਾਂਦੇ ਨੇ ਅੱਗੇ ਲੋਕ ਉਹਨਾਂ ਨੂੰ ਕਿਹੋ ਜਿਹੇ ਤਰੀਕੇ ਨਾਲ ਮੰਨਦੇ ਨੇ ਵੀ ਉਹ ਜੇ ਪਿਛਲੇ ਸਮੇਂ ਦੇ ਵਿੱਚ ਵੀ ਦੇਖੀਏ ਅਕਾਲੀ ਦਲ ਦਾ ਜੇ ਸਮਰਥਨ ਕੀਤਾ ਸੀ ਅਕਾਲੀ ਦਲ ਤਾਂ ਪੂਰੇ ਪੰਜਾਬ ਦੇ ਵਿੱਚ ਕਿਉਂ ਉਹਦਾ ਸਾਈਡ ਇਫੈਕਟ ਵੀ ਤਾਂ ਹੁੰਦਾ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਉਹਦਾ ਜੇ ਕੀਤਾ ਸੀ ਤਾਂ ਨਤੀਜਾ ਕੀ ਨਿਕਲਿਆ ਅਕਾਲੀ ਦਲ ਤਾਂ ਤੀਜੀ ਧਿਰ ਬਣ ਗਿਆ। ਠੀਕ ਹੈ ਜੀ। ਜਿਹੜੇ ਫਾਇਦਾ ਤਾਂ ਕੋਈ ਨਾ ਰਿਹਾ। ਬਿਲਕੁਲ ਬਿਲਕੁਲ। ਅਤੇ ਨਾਲ ਆਏ ਸੀ ਵੀ ਜਿਹੜੇ ਪ੍ਰੇਮੀ ਸੀ ਡੇਰਾ ਪ੍ਰੇਮੀ ਉਹਨਾਂ ਨੇ ਵੱਡੀ ਗਿਣਤੀ 'ਚ ਵੋਟਾਂ ਹੋਰ ਪਾਰਟੀਆਂ ਨੂੰ ਵੀ ਪਾਈਆਂ। ਠੀਕ ਹੈ ਜੀ। ਜੇ ਕਿਤੇ ਸਾਰਾ ਡੇਰੇ ਦੇ ਭੁਗਤੇ ਹੁੰਦੇ ਮਤਲਬ ਇਹ ਆਪਦੇ ਆਪ 'ਚ ਹੀ ਸਬੂਤ ਹੈ ਨਾ ਫਿਰ ਤਾਂ ਅਕਾਲੀ ਦਲ ਨੂੰ ਕੋਈ ਫਾਇਦਾ ਹੋਣਾ ਸੀ। ਠੀਕ ਹੈ ਜੀ। ਠੀਕ ਹੈ। ਅਤੇ ਮੈਨੂੰ ਲੱਗਦਾ ਫਾਇਦੇ ਦੀ ਬਜਾਏ ਉਹਨਾਂ ਨੂੰ ਨੁਕਸਾਨ ਹੋ ਗਿਆ ਅਤੇ ਉਹ ਜਿਹੜਾ ਡੇਰਾਬਾਦ ਦੀ ਗੱਲ ਕਰਦੇ ਨੇ ਜਾਂ ਹੋਰ ਨੇ ਜਾਨੀ ਸਿੱਖ ਜਿਹੜੀਆਂ ਧਿਰਾਂ ਨੇ ਉਹ ਉਹਨਾਂ ਦੇ ਖਿਲਾਫ਼ ਵੀ ਭੁਗਤੀਆਂ। ਨਿੱਕਾ ਜੀ ਤੁਸੀਂ ਬਹੁਤ ਨੇੜੇ ਤੋਂ ਜੁੜੇ ਹੋਏ ਹੋ ਡੇਰੇ ਨਾਲ ਇਹਨਾਂ ਦੀਆਂ ਗਤੀਵਿਧੀਆਂ ਨੂੰ ਵੀ ਬਹੁਤ ਗੌਰ ਨਾਲ ਵਾਚਦੇ ਰਹਿੰਦੇ ਹੋ। ਨਿੱਕਾ ਜੀ ਇਹਦਾ ਪੈਮਾਨਾ ਕੀ ਰਹਿੰਦਾ ਹੈਗਾ ਕਿ ਇਸ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ? ਦੇਖੋ ਮੰਗਦੀ ਜਿਹੜਾ ਪੈਮਾਨਾ ਹੈ ਨਾ ਜੇ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਗੱਲ ਕਰਾਂ ਮੈਂ ਇਕੱਲੇ ਡੇਰਾ ਸਰਸਾ ਦੀ ਗੱਲ ਨਹੀਂ ਕਰਦਾ ਡੇਰਾ ਬਿਆਸ ਦੀ ਗੱਲ ਨਹੀਂ ਕਰਦਾ ਜਾਂ ਕਿਸੇ ਹੋਰ ਧਰਮ ਸਥਾਨ ਦੀ ਗੱਲ ਨਹੀਂ ਕਰਦਾ। ਠੀਕ ਹੈ ਜੀ। ਜਿਹੜੇ ਵੀ ਲੋਕ ਕਿਸੇ ਧਰਮ ਸਥਾਨ ਦੇ ਨਾਲ ਕਿਸੇ ਧਾਰਮਿਕ ਸੰਸਥਾ ਦੇ ਨਾਲ ਜੁੜੇ ਹੁੰਦੇ ਨੇ ਉਹ ਦੇਖੋ ਰੂਹਾਨੀ ਤੌਰ 'ਤੇ ਮਤਲਬ ਆਪਾਂ ਕਹੀਏ ਵੀ ਰੂਹਾਨੀ ਤਾਕਤ ਲੈਣ ਲਈ ਜਾਂ ਆਪਦੀ ਧਾਰਮਿਕ ਅਕੀਦੇ ਦੇ ਅਨੁਸਾਰ ਲੋਕ ਵੱਖ ਵੱਖ ਥਾਵਾਂ 'ਤੇ ਜਾਂਦੇ ਚਾਹੇ ਡੇਰਾ ਸਰਸਾ ਜਾਂਦੇ ਨੇ ਡੇਰਾ ਬਿਆਸ ਜਾਂਦੇ ਨੇ ਕੋਈ ਕਿਸੇ ਹੋਰ ਧਾਰਮਿਕ ਸਥਾਨ 'ਤੇ ਵੀ ਜਾਂਦਾ ਤਾਂ ਉਹ ਆਪਦੀ ਸ਼ਰਧਾ ਭਾਵਨਾ ਨਾਲ ਜਾਂਦੇ ਨੇ। ਠੀਕ ਹੈ। ਵੀ ਉਹ ਉੱਥੋਂ ਇਹ ਗਾਈਡੈਂਸ ਲੈਣ ਲਈ ਕੋਈ ਨਹੀਂ ਜਾਂਦਾ ਦੇਖਿਆ ਮੈਂ ਵੀ ਫਲਾਨਾ ਡੇਰਾ ਜਾਂ ਫਲਾਨਾ ਧਰਮ ਸਥਾਨ ਹੈ ਜਿਹੜਾ ਉਹ ਸਾਨੂੰ
मतलब कोई राजनीति बारे जानकारी देगा ना ही कोई डेरा यहाँ दावा करता है। ठीक है जी। भी मैनू ऐ लगता भी देखो ये है मेरा निजी विचार, बिल्कुल जी, मैनू ऐ लगता भी इस तरह जो करना है वो लोगों दियाँ जिहड़ियां धार्मिक जुड़िया हुई भावना है उन्हां दा एक तरह का शोषण है। ठीक है जी। कोई भी फैसला लेंदा हुण लोगों नूं फिर इहदा इन्ना भी हक ना रहा। ठीक है जी। जे तो देखो फिर वोटिंग की तो राजनीतिक पार्टियां की कोई लोड़ ही ना रहेगी। हाँ जी हाँ जी। भी फिर तो यह ठीक है भी जिन्हें धार्मिक स्थान ने वो जारी कर दिया करेंगे आपो अपना फतवा, तो मैनू लगता फिर वोटिंग की प्रक्रिया की लोड़ है वो उन्हों तो जाके पूछ लिया करेंगे कि सरकार बनानी है वो आपो अपने फॉलोअर जिम्मे एक जिम्मे ठेकेदार होंगे। ठीक है भी फिर तो वो तरह कह दिया करेंगे भी आओ जी तो ऐतकी तो फलानिया का करता जिम्मे क्यों नहीं जारी करते जिम्मे विधानसभा या लोग सभा एक विप जारी कर देंगे। हाँ जी हाँ जी। भी फिर तो विप जारी कर दिया कर मेरे वोटिंग की तो लड़ ही नहीं रही। ठीक है जी। जी लोगों के जो वोट का अधिकार है लोगों के धार्मिक जोड़े अकीदे ने उन्होंने इस तरह का मतलब करना जोड़ा वो ना तो शोभा दिता है। हाँ जी। तो ये जोड़ा भी कोई इस तरह का कोई फैसला लेंदा भी वो जी मतलब ये कहा तो जाता भी किसी जो कोई धार्मिक संस्था जुड़ता है तो खास तौर पर ईवन जो कोई मीडिया के नाल भी जुड़ते हैं। हाँ जी हाँ जी। तो उत्थे बकायदा एक एफीडेविट लिया जाता है भी असी किसी भी राजनीतिक पार्टी के राजनीतिक गतिविधियों के असी हिस्सा नहीं लवेंगे। ठीक है जी। ठीक है। तो हूँ जो राजनीतिक फैसले धार्मिक स्थानों तो होने लग जाएंगे या धार्मिक संस्थावों वालों इस तरह किए जाएंगे तो वो मतलब ए मान लो भी वह लोगों के कटहरे के खड़ते ही ने। बिल्कुल जी बिल्कुल। हम कई तरह के सवाल उठते कोई पैसों के सवाल उठा क्यों देखो क्राइटेरिया तो कोई है ही नहीं। हाँ जी हाँ जी। कोई क्राइटेरिया इस तरह का अपनाया ही नहीं जाता ना तो देखो जिवें हुण मैं कोई ये नहीं भी मैं आम आदमी पार्टी की गल करदा आम आदमी पार्टी ने एक प्रक्रिया अपनाई। हाँ जी। भी मान लो सीएम का चेहरा कौन होवे। हाँ जी हाँ जी। उहदे लई उन्होंने लोगों की राय जानी। ठीक है जी। जिहड़ा ये तरीका अपनाया उन्होंने उहदे च उन्होंने दस्सिया भी 93% शायद लोगों ने भगवंत मान नूं कहा तो एक उन्होंने लोकतंत्रक प्रक्रिया अपना ली भी जिहड़े लोगों ने जिन्हों कहा उन्होंने फैसला ले लिया। ठीक है जी। इस तरह का ही फिर पहला भावें कांग्रेस पार्टी विरोध करती रही। ठीक है जी। पर यही प्रक्रिया जी उन्होंने कदम चिन्ह के पद चिन्ह से चलते हुए यही जरा तरीका है वो राहुल गांधी ने अपना लिया। ठीक है जी। कांग्रेस पार्टी ने अपनाया उन्होंने भी कहता भी यदा जरा भी वो चरणजीत सिंह चन्नी है जो उन्होंने मतलब मुख्यमंत्री का चेहरा अनाउंस करता हूँ जे सचमुच के कोई भी संस्था मान लो फैसला लैण से हर एक आजाद है लै सकता है भावें यह जे आप लोकतंत्रक व्यवस्था लई तो यह खतरा कहा जा सकता। हाँ जी हाँ जी हाँ जी। तो भी लोगों की चेतना ना खिलवाड़ है भी उन्होंने सोचने की आपके फैसला लैन की आजादी है जी एक तरह का डाका है। हाँ जी हाँ जी। तो पर इस तरह का जो कोई मान लो लैना भी हो फैसला मैं कहना प्रक्रिया अपनाई जा सकता है जो आप कितने समर्थन करना ही है। ठीक है। किसी किसी का समर्थन करने तो रोकया तो जा नहीं सकता। बिल्कुल बिल्कुल। तो यह तो उन्होंने आपका काम है। ठीक है। ठीक है। पर कोई प्रक्रिया का ना होना जी पारदर्शिता ना हो। ठीक है। मान लो आप कहने असी संगत की राय ले ली। हाँ जी हाँ। वो संगत की राय के राय के आया कि वो तो हम जिम्मे मैनू ये अधिकार दे के भेज दो भी तू संगत की राय लिया तो मैं संगत की राय लैके आपका फैसला दस दिया मेरा तो है। ठीक है। हम कि संगत तो कोई वोटिंग हुई है। हाँ जी हाँ जी। ना किसी ने कोई मैसेज पूछे ना कोई होर मतलब इस तरह की लोकतंत्रक देश के दे लोकतंत्रक जो तरीका है वो ना अपना के जो कोई भी फैसला लिया जाता है तो वो तो देखो सवाल उठने लाजमी ने तो लगता है क्योंकि जो क्राइटीरिया तो दस ही नहीं भी क्राइटीरिया है कि बिल्कुल बिल्कुल भी क्राइटीरिया है कि असी कि शर्तों से हम जिमें बख बख जथेबंदियां समर्थन कर दियां ने। ठीक है जी। तो वह बकायदा तौर पर लिखती तौर पर कह दें भी असी आह समर्थन का ऐलान कर दें साडिया आह मंगा सी आह पार्टी को असी रखिया सी दूजिया ने सहमति नहीं दी इन्होंने देती तो असी मतलब फैसला कर लिया। ठीक है। जानी पारदर्शी तरीके लोगों दसिया ही ना जाना ठीक है जी असं करके आ रहे हैं। ठीक है। तो फिर लोग सवाल तो करेंगे। बिल्कुल बिल्कुल। वो मतलब फजीहत है जी इस तरह के घटनाक्रम तो बाद मतलब पहला भी होंगी रही है हूँ भी होंगी रही है भावें अजे तक ये गलू आप मतलब कोई जिन्ना चर कोई जे कही ना भी आप कोई अधिकारिक तौर पर हाँ जी हाँ कोई अनाउंस करता ही नहीं उन्नी देर तक आपू मन लीए भी किसी फैसला करता ना करता। ठीक है। जे मान लो करता क्यों बाद च गल तो सामने आई जाती है। बिल्कुल। उदू बाद फिर अपने जथेदार अकाल तख्त साहब के जिम्मे पहल कई लैन लग गई सी भी वो फिर तलब कर लेंगे ये सारा काम वोटों तो बाद होना। ठीक है जी। भी उदो तो ऐसा भी केरा जित गए आप लैना मुड़ के उत्थे जाके माफी मंगे मैं खास गल है। ठीक है जी।
निक्का जी, कल कांग्रेस ने मैनीफेस्टो जारी करता, कहिंदे 8 सिलेंडर देवांगे। देखो जी, ये तो ना, जे मैनू एक बार की गल याद है, एक बार की मैनू गल याद है, जे मतलब पशु पालन विभाग के मच्छी पालन विभाग के मंत्री होंगे सी रामपुरे तो स्वर्गी हरबंस सिंह सिद्धू सिद्धू साहब, वो एक बार गल सुना रहे थे, कहते भी लीडर की जी जॉब है, मतलब मैनू कुदरती उदों उन्हां कोले जाके चंडीगढ़ सैक्रटेरिएट च मिलन का मौका मिलिया। वो बड़े मजाकिया लहजे दे विच उन्होंने मतलब गल सुनाई, कहते भी जिहड़ा भी जे कितें लीडरां नूं ना कोई बंदा ये कह दे भी देखो जी आ 80 साल की मेरी उम्र है तो मैनू 16 साल की कुड़ी का रिश्ता चाहिए, कहते साड़ी तो मजबूरी होंगी है, कहता असं अर्जी दो जी वह भी प्रवान है। ठीक है, ये तो वो गल है जो असल की है ना। तो देखो जिहड़ा ये लंबे समय तो गल चलती है भी जिहड़ा डाकूमेंट जारी किया जाता चोन मैनी यदि कोई कानूनी मानता हो, हाँ जी हाँ जी, तो जां ये है भी जिहड़ा पूरा नहीं करता कोई कार्रवाई हो। हाँ जी हाँ, हुण तां जे 8 दी भी है जो कहना ही सी, कहते गलां दे गुलगुले ने तो फिर 18 भी कह सकते सी। ठीक है ठीक, भी असीं तां मतलब 18 देवांगे। ठीक है जी, ठीक भी इस करके मैनू लगता भी ये जो चोन मैनीफेस्टो ने लोगों एक गुमराह करन दा, ये मतलब वो कोई इहनू आपां ये नहीं कह सकते, वो बाउंड नहीं इस गल लई। ठीक है जी, हुण जे पिछले कांग्रेस दे उसकी गल कर लीए, हाँ जी, मैनीफेस्टो की चाहिए तो उन्होंने ऐसी ये मैनीफेस्टो देंदे, वो पुराने दे भी नाल जिवें आपां भी आह साडा वादा सी इहदे च असीं आह करता, हाँ जी, हुण वो तो मुड़ के दिखा भी नहीं रहा कोई, जिवें ढक के रखता भी इहनू छेड़िओ ना कितें, क्यों कितें विचों निकल गई वादा खिलाफी की हुई है। इस करके जिहड़े चोन मैनीफेस्टो ने पहली गल तां ऐ मान लो भी वो कल जारी किया जाना, हाँ जी, ये कोई तुक नहीं बनती। ठीक है जी, ठीक है। दोस्तों कल मतदान का दिन है, मतदान केंद्र है जिहड़े पोलिंग स्टेशन है सज चुके ने, उत्थे बकायदा केंद्रीय सुरक्षा बल पहुँच चुके ने, ते कल बिना किसी लालच तो बिना किसी भय तो सवेरे 8 बजे तो पोलिंग शुरू हो जानी है। मैं मंगत जी एक मैं होर गल मतलब आप अफवाहों का गल चलता सी, अज मैं हैरान हो गया भी इतने अपने बरनाले ही, हाँ जी, गीता भवन की बैक साइड से, हाँ जी, एक कलोनी है, मतलब कलोनी आप एक बेड़ा कह सकते हैं। ठीक है जी, मतलब मजदूर का, हाँ जी हाँ जी, कही किरती लोगों का एक महल है, हाँ जी हाँ जी, उसदे च कहिंदे जिहड़ी धर्मशाला सी, हाँ जी, किसी उम्मीदवार ने उत्थे 1-1.5 लाख रुपये का समान मतलब भेजा। ठीक है जी, भी असी आ समान मतलब कम लिए देता। ठीक है, ते मिस्त्री भी लाता, एक दिन मिस्त्री लग्या रहा। ठीक है जी, उदू बाद कहिंदे जदों पता लग्या भी ये जदों पड़ताल की भी ये लोग तो ये एरिए दे जिहड़े लोग ने वो तो झाड़ू वाले ने। ठीक है, वो अज चुका के लगे कहिंदे। ठीक है, ये गल की चर्चा बड़ी शहर के विच छिड़ी। ठीक है, देखो पहला तो समान दिता। ठीक है जी, ते फिर चाके भी ले गए। ठीक है, हैरानी की गल है भी ऑब्जर्वर भी घूमते तुरे फिरते हैं, पता किसी नहीं लगे। ठीक है जी, भी देखो दिते गए समान का देखो लालची दिता जा रहा। हाँ जी हाँ जी, ते फिर भरोसा तो कर लेना चाहिए ना भी घटो घट वोटिंग का लीक लो। बिल्कुल बिल्कुल, भी फिर उन्होंने समान में चक्या जा रहा है। ठीक है जी, ठीक है। और जिवें भगवंत मान कहिंदे हुंदे ने भी जिहड़ा कोई देण आउंदा हैगा फट फट के रखी चलो, वोट है जिहड़ी जदों जिहदे वास्ते इत्थों आवाज़ आउंदी है वोट उत्थे पाओ, मान लो इस वादे दे नाल कि कल तुसीं मतदान दे लई जाओगे तो एक सुनहरे भविख दे लई चंगे पंजाब दे लई वोट कास्ट करोंगे, इस उम्मीद दे नाल थोड़े तो विदा लैने। नमस्कार, होर ताज़ा खबरां सुनने लई चैनल नूं सबसक्राइब करना ना भुलो ते बैल आइकन भी दबाओ।